ਮੈਂ 10 ਮਿੰਟਾਂ ਦਾ ਸੀ ਜਦੋਂ ਮੇਰੀ ਮਾਂ ਦੀ ਮੌਤ ਹੋ ਗਈ। ਵੱਡਾ ਹੋਇਆ, ਵਿਆਹ ਨੂੰ 2 ਸਾਲ ਹੋਏ ਸੀ ਤੇ ਮੇਰੀ ਧੀ ਉਸ ਸਮੇਂ 7 ਮਹੀਨਿਆਂ ਦੀ ਸੀ ਜਦੋਂ ਮੇਰੀ ਘਰਵਾਲੀ ਦੀ ਮੌਤ ਹੋ ਗਈ। ਮਾਂ ਦੀ ਮੌਤ ਤੋਂ ਬਾਅਦ ਨਾਨੀ ਨੇ ਸਾਨੂੰ ਪਾਲਿਆ। ਮੈਂ ਵੱਡਾ ਹੋਇਆ, ਮੈਂ ਨਾਨੀ ਨੂੰ ਕਿਹਾ ਮੈਂ ਆਪਣੇ ਪੈਰਾਂ ਤੇ ਖੜਾ ਹੋਣਾ ਤੇ ਮੈਂ ਬਾਹਰ ਨਿਕਲ ਗਿਆ। ਬਾਹਰ ਨਿਕਲ ਕੇ ਮੈਨੂੰ ਜ਼ਿੰਦਗੀ ਬਹੁਤ ਔਖੀ ਲੱਗੀ। ਦੋਸਤ ਵਧੀਆ ਮਿਲੇ, ਦੋਸਤ ਮੈਨੂੰ ਆਪਣੇ ਪਰਿਵਾਰ ਵਿੱਚ ਲੈ ਗਿਆ ਤੇ ਪਰਿਵਾਰ ਨੇ ਮੈਨੂੰ ਆਪਣਾ ਵੱਡਾ ਪੁੱਤ ਮੰਨ ਲਿਆ। ਮੇਰਾ ਘਰ ਬਣਾਇਆ, ਵਿਆਹ ਕੀਤਾ। ਬਸ 2 ਮਹੀਨੇ ਮੇਰੀ ਘਰਵਾਲੀ ਠੀਕ ਰਹੀ। ਮਾਂ ਬਣਨ ਵਾਲੀ ਸੀ, ਡਾਕਟਰ ਨੇ ਕਹਿਤਾ ਕਿ ਬੱਚੇ ਦਾ ਪਾਣੀ ਘੱਟ ਹੈ, ਬੱਚੇ ਦੇ ਦਿਲ 'ਚ ਸੁਰਾਖ ਆ। ਸਾਡੇ ਘਰ ਧੀ ਹੋਈ, ਅਸੀਂ ਖੁਸ਼ੀਆਂ ਮਨਾਈਆਂ। ਜਦੋਂ ਮੇਰੀ ਧੀ 4 ਮਹੀਨੇ ਦੀ ਹੋਈ ਤੇ ਘਰਵਾਲੀ ਦਾ ਖੂਨ ਘੱਟ ਕੇ 4 ਗ੍ਰਾਮ ਰਹਿ ਗਿਆ। ਅਸੀਂ ਹਸਪਤਾਲ ਗਏ, ਖੂਨ 13 ਗ੍ਰਾਮ ਹੋਇਆ। 3 ਵਾਰੀ ਖੂਨ ਘਟਿਆ। ਜਦੋਂ 3ਜੀ ਵਾਰੀ ਖੂਨ ਘਟਦਾ ਹੈ ਤਾਂ ਘਰਵਾਲੀ ਨੂੰ ਅਟੈਕ ਆ ਗਿਆ, ਉਹਦੀ ਮੌਤ ਹੋ ਗਈ। ਹਫਤੇ ਬਾਅਦ ਸਾਡੇ ਵਿਆਹ ਨੂੰ 2 ਸਾਲ ਹੋਣੇ। ਜੋ ਮੇਰੇ ਨਾਲ ਬਚਪਨ ਵਿੱਚ ਹੋਇਆ ਉਹੀ ਕੁਝ ਮੇਰੀ ਧੀ ਨਾਲ ਵਾਪਰਿਆ। ਜਦੋਂ ਮੈਂ ਪੈਦਾ ਹੋਇਆ ਵਾ ਤੇ ਮੈਂ 15 ਮਿੰਟ ਦਾ ਸੀ, ਮੰਮੀ ਦੀ ਡੈਥ ਹੋ ਗਈ। ਜਦੋਂ ਤੱਕ ਹੋਸਪਿਟਲ ਗਏ ਆ ਉਦੋਂ ਤੱਕ ਉਹਨਾਂ ਨੇ ਜਵਾਬ ਦੇ ਦਿੱਤਾ ਸੀ। ਤੇ ਨਾਨੀ ਜੀ ਮਤਲਬ ਕਿ ਬਹੁਤ ਰੋਣਾ, ਵੀ ਜਵਾਨ ਧੀ ਚਲੀ ਗਈ ਹੈ, ਉਹ ਸਾਨੂੰ ਆਪਣੇ ਨਾਲ ਲਿਆਇਆ। ਮੈਂ ਮੇਰੀ ਸਿਸਟਰ ਬੱਚਿਆਂ ਵਾਂਗੂ ਸਾਨੂੰ ਪਾਲਿਆ। ਸਿਸਟਰ ਵੱਡੇ ਹੋਏ, ਇਹਨਾਂ ਦੀ ਮੈਰਿਜ ਕੀਤੀ ਨਾਨੀ ਨੇ। ਨਾਨੀ ਜੀ ਮੈਂ ਆਪਣੇ ਪੈਰਾਂ 'ਤੇ ਸਟੈਂਡ ਹੋਣਾ ਚਾਹੁੰਦਾ ਵਾਂ। ਮੈਂ ਬਾਹਰ ਨਿਕਲਿਆ, ਲਾਈਫ ਬਹੁਤ ਔਖੀ ਲੱਗੀ ਮੈਨੂੰ। ਜੋਬ 'ਤੇ 1-2 ਫਰੈਂਡ ਬਣੇ ਆ, ਦੀਪਕ ਆਉਂਦਾ ਹੈ ਅਤੇ ਉਸ ਤੋਂ ਬਾਅਦ ਉਹ ਵੀ ਮੈਨੂੰ ਕਹਿੰਦਾ ਵੀਰ ਜੀ ਤੁਸੀਂ ਸਾਡੇ ਵੱਡੇ ਭਰਾਵਾਂ ਵਰਗੇ ਹੋ, ਤੁਸੀਂ ਘਰ ਆਇਆ ਕਰੋ, ਕੋਈ ਗੱਲ ਨਹੀਂ। ਅਤੇ ਘਰ ਲੈ ਕੇ ਆਇਆ, ਮੰਮੀ ਡੈਡੀ ਨਾਲ ਮਿਲਾਇਆ, ਇਹਨਾਂ ਨੇ ਵੀ ਮੈਨੂੰ ਬਹੁਤ ਪਿਆਰ ਦਿੱਤਾ। ਅਤੇ ਮੰਮੀ ਨੇ ਮੈਨੂੰ ਕਿਹਾ ਬਈ ਤੂੰ ਕੋਈ ਗੱਲ ਨਹੀਂ, ਸਾਡੇ ਤੂੰ ਦੀਪਕ ਤੇ ਸਾਡਾ ਵੱਡਾ ਮੁੰਡਾ, ਤੈਨੂੰ ਘਰ ਲੈ ਆਇਆ, ਤੂੰ ਵੀ ਅੱਜ ਤੋਂ ਬਾਅਦ ਸਾਡਾ ਵੱਡਾ ਮੁੰਡਾ ਹੀ ਹੈ। ਅਤੇ ਕਿਰਾਏ ਤੋਂ ਸਾਨੂੰ ਮੈਨੂੰ ਆਪਣੇ ਘਰ ਵਿੱਚ ਲੈ ਆਏ ਸਮਾਨ ਮੇਰਾ। ਅਤੇ ਚਲੋ ਮਕਾਨ ਬਣ ਗਿਆ, ਫਿਰ ਮੈਂ ਰੱਬ ਦਾ ਸ਼ੁਕਰੀਆ ਅਦਾ ਕੀਤਾ। ਧੰਨ ਧੰਨ ਬਾਬਾ ਦੀਪ ਸਿੰਘ ਦਾ। ਮੇਰੇ ਇਹਦੇ ਮਾਮਾ ਜੀ ਨੇ ਰਿਸ਼ਤਾ ਕਰਾਇਆ ਹੈ, ਕਹਿੰਦੇ ਵੀ ਕੁੜੀ ਵੇਖਣ ਜਾਣਾ ਹੈ। ਅਤੇ ਮੈਂ ਚਲੋ ਚੱਲ ਚੱਲਦੀ ਹਾਂ, ਫਿਰ ਮੈਨੂੰ ਕੁੜੀ ਸੋਹਣੀ ਲੱਗਦੀ ਹੈ। ਫਿਰ ਰੋਕਾ ਕੀਤਾ ਸੀ, ਮੈਂ ਉਹਨੂੰ ਇਹ ਫਿਰ ਇਹ ਕਿਹਾ, ਮੈਂ ਕਿਹਾ ਪੁੱਤ ਦੇਖ ਤੈਨੂੰ ਮੈਂ ਨੌਂ ਨਹੀਂ ਬਣਾ ਕੇ ਖੜਨਾ, ਤੈਨੂੰ ਮੈਂ ਧੀ ਬਣਾ ਕੇ ਖੜਨਾ। ਫਿਰ ਗੱਲ ਲਾ ਕੇ ਕਹਿੰਦੀ ਠੀਕ ਹੈ ਮੰਮੀ, ਮੈਂ ਧੀ ਬਣ ਕੇ ਰਹਾਂਗੀ। ਜਦੋਂ ਮੈਨੂੰ ਜੀਵਨ ਸਾਥੀ ਮਿਲਿਆ, ਉਹਨੂੰ ਮੈਂ ਦੱਸਿਆ ਆਪਣਾ ਬਚਪਨ, ਦੱਸਿਆ ਜਵਾਨੀ, ਦੱਸੀ ਹੈ ਵੀ ਇੱਦਾਂ ਇੱਦਾਂ। 15-20 ਦਿਨਾਂ ਬਾਅਦ ਹੀ ਉਹ ਜਿੱਥੇ ਪਹਿਲਾਂ ਜੋਬ ਕਰਦੀ ਸੀ ਉੱਥੇ ਹੀ ਚਲੀ ਗਈ। 2 ਮਹੀਨੇ ਜੋਬ ਕੀਤੀ ਉਹਨੇ, ਉਸ ਤੋਂ ਬਾਅਦ ਐਸੀ ਕੋਈ ਨਜ਼ਰ ਲੱਗੀ ਹੈ, ਮਤਲਬ ਕਿ ਉਹਦਾ ਟਾਈਫਾਇਡ ਹੋ ਗਿਆ ਉਹਨੂੰ, ਅਤੇ ਪੇਟ 'ਚ ਸਵਾਇਲਿੰਗ ਜੀ ਥੋੜ੍ਹੀ ਜਿਹੀ ਹੋ ਗਈ ਹੈ, ਕਦੀ ਕੁਛ ਹੋ ਗਿਆ ਕਦੀ ਕੁਛ ਹੋ ਗਿਆ। ਉਸ ਤੋਂ ਬਾਅਦ ਸਹੀ ਨਹੀਂ ਹੋਈ, ਚਲੋ ਪਤਾ ਲੱਗਾ ਬਈ ਉਹ ਮਾਂ ਬਣਨ ਵਾਲੀ ਹੈ, ਮੈਂ ਪਿਓ ਬਣਨ ਵਾਲਾ। ਫਿਰ ਖੁਸ਼ੀ ਦਾ ਮਾਹੌਲ ਆਇਆ। 3 ਮਹੀਨੇ ਉਹਨੂੰ ਖਾਂਸੀ ਜੀ ਥੋੜ੍ਹੀ ਹੋਈ ਹੈ, ਗਿਲਟੀਆਂ ਜੀ ਬਣ ਗਈਆਂ ਗਲੇ 'ਚ, ਮਤਲਬ ਕਿ ਬਿਮਾਰ ਹੋ ਗਈ, ਖਾਧਾ ਪੀਤਾ ਨਹੀਂ ਸੀ ਜਾਂਦਾ। ਅਤੇ ਉਸ ਤੋਂ ਬਾਅਦ ਜਦੋਂ ਡਾਕਟਰ ਨੇ ਕਿਹਾ ਬੱਚੇ ਦਾ ਪਾਣੀ ਬਿਲਕੁਲ ਖਤਮ ਹੋ ਗਿਆ, ਬੱਚੇ ਦੇ ਚਾਂਸ ਬਹੁਤ ਘੱਟ ਹੈ ਬਚਣ ਦੇ, ਟੈਸਟ ਕਰਾ ਕੇ ਆਏ ਹਾਂ, ਬਚ ਗਿਆ, ਬੱਚੇ ਦੇ ਵਿੱਚ ਸਵਾਕ ਹੈਗਾ ਜੀ, ਮਾਂਗ 'ਚ ਘੁੰਡੀ ਘੁੰਮਦੀ ਹੈ, ਮੈਂ ਕਿਤੇ ਹੋਰ ਜਾ ਕੇ ਵੇਖਾਂ ਹੋਸਪਿਟਲ। ਤੁਸੀਂ ਆਪਣਾ ਪਾਣੀ ਵਧਾ ਕੇ ਵੇਖੋ, ਜੋ ਵੱਧਦਾ ਘੱਟ ਹੈਗਾ, ਖਰਚਾ ਹੈਗਾ, ਬੱਚਦਾ ਨਾ ਬੱਚਦਾ, ਮੈਂ ਕਿਹਾ ਮੇਰਾ ਬੱਚੇ ਦੀ ਗਰੋਥ ਵੀ ਵਧਣੀ ਸ਼ੁਰੂ ਹੋ ਗਈ ਹੈ ਅਤੇ ਪਾਣੀ ਵੀ ਪੂਰਾ ਹੋ ਗਿਆ। ਹਾਂਜੀ, ਦੋਵੇਂ ਠੀਕ ਹੋ ਗਏ। ਉਹ ਵੀ ਕਹਿੰਦੀ ਮੈਂ ਜਨਮ ਦੇਵਾਂਗੀ, ਅੱਗੋਂ ਕਹਿੰਦੀ ਸੀ ਰੱਬ ਮੈਨੂੰ ਧੀ ਦੇਵੇ ਪਹਿਲੀ, ਮੇਰੀ ਵੀ ਇਹੀ ਰਾਏ ਸੀ, ਉਹਦੀ ਵੀ ਕੁੜੀ ਆਈ ਹੋਈ ਹੈ, ਰੱਬ ਨੇ ਸਾਡੀ ਸੁਣੀ ਹੈ। ਲਕਸ਼ਮੀ ਲੈ ਕੇ ਆਇਆ ਘਰ 'ਚ, ਢੋਲ ਢਮਾਕੇ ਨਾਲ ਪੂਰੀ ਗਲੀ 'ਚ ਖੁਸ਼ੀ ਮਨਾਈ ਹੈ, ਅਸੀਂ ਘਰ ਬਾਰ ਸਜਾਇਆ ਆਪਣਾ। ਫਿਰ ਉਹ 3-4 ਮਹੀਨਿਆਂ ਬਾਅਦ, ਜਦੋਂ 4-5 ਮਹੀਨੇ ਦੀ ਹੋ ਜਾਂਦੀ, ਫਿਰ ਬਿਮਾਰ ਹੋ ਜਾਂਦੀ ਹੈ। ਇੱਕ ਦਿਨ ਟੈਸਟ ਕਰਾਇਆ, ਉਹਦਾ ਬਲੱਡ ਆਇਆ 4 ਗ੍ਰਾਮ। ਅਗਲੇ ਦਿਨ ਕਰਵਾ ਚੌਥ ਹੈਗਾ, ਕਹਿੰਦੀ ਨਹੀਂ ਰੱਖ ਲੈਣ ਦੋ। ਮੈਂ ਕਿਹਾ ਤੈਨੂੰ, ਮੈਂ ਕਿਹਾ ਨਾ, ਮੈਂ ਗੁੱਸੇ 'ਚ ਗਿਆ, ਮੈਂ ਕਿਹਾ ਨਹੀਂ ਵਰਤ ਰੱਖਣਾ, ਵਰਤ ਜ਼ਰੂਰੀ ਚੜ੍ਹਨਾ, ਤੂੰ ਜ਼ਰੂਰੀ ਹੈ। ਪੈ ਗਈ ਲੰਮੇ ਤੋਂ ਵੀ ਮੈਂ ਵਰਤ ਨਹੀਂ ਰੱਖ ਸਕਦੀ। ਫਿਰ ਮੈਨੂੰ ਥੋੜ੍ਹਾ ਜਿਹਾ ਹਿੰਮਤ ਦਿੱਤੀ, ਮੈਂ ਕਿਹਾ ਚੱਲ ਕੋਈ ਨਹੀਂ, ਤੂੰ ਵਰਤ ਰੱਖ ਲੈ, ਰੱਬ ਦੇ ਸਹਾਰੇ। ਤਿਆਰ ਹੋ ਗਿਆ, ਐਵੇਂ ਲੱਗੇ ਜਿੱਦਾਂ ਹੈ, ਬਿਮਾਰ ਹੈ ਹੀ ਨਹੀਂ। ਤੋ ਅਗਲੇ ਦਿਨ ਫਿਰ ਮੈਂ ਐਡਮਿਟ ਕਰਾਇਆ ਹੋਸਪਿਟਲ, 13 ਗ੍ਰਾਮ ਖੂਨ ਹੋ ਗਿਆ। ਦਿਵਾਲੀ 3-4 ਦਿਨਾਂ ਬਾਅਦ ਬਿਮਾਰ ਹੋ ਗਈ, ਫਿਰ ਚੈੱਕ ਕਰਾਇਆ, ਫਿਰ ਬਲੱਡ ਘੱਟ ਗਿਆ ਜੀ, ਫਿਰ 4 ਗ੍ਰਾਮ ਹੋ ਗਿਆ 13 ਗ੍ਰਾਮ। ਫਿਰ ਅਸੀਂ ਹੋਸਪਿਟਲ ਐਡਮਿਟ ਕਰਾਇਆ ਤੇ ਫਿਰ ਮਤਲਬ ਕਿ ਬਲੱਡ ਚੜਾਇਆ, ਫਿਰ 13 ਗ੍ਰਾਮ ਹੋ ਗਿਆ। ਟੈਸਟ ਕਰਵਾਇਆ, ਟੈਸਟ ਵਿੱਚ ਵੀ ਕੁਛ ਨਹੀਂ ਆਇਆ, ਕੋਈ ਖਾਸ ਰੀਜ਼ਨ ਨਹੀਂ ਆਇਆ। ਤੇ ਕਿਹਾ ਚਲੋ ਠੀਕ ਹੋਣਾ, ਮੇਰੀ ਨਹੀਂ ਕੁਛ ਆਇਆ, ਵੈਸੇ ਘੱਟ ਗਿਆ ਨਾ, ਕਮਜ਼ੋਰੀ ਕਾਰਨ ਖਾਂਦੀ ਪੀਂਦੀ ਘੱਟ ਹੀ ਹੈ। 5-6 ਦਿਨਾਂ ਬਾਅਦ ਫਿਰ ਉਹਨੂੰ ਮਤਲਬ ਕਿ ਚੱਕਰ ਆਉਣੇ ਸ਼ੁਰੂ ਹੋ ਗਏ, ਫਿਰ ਕਰਾਇਆ, ਫਿਰ ਮੈਂ ਕਿਹਾ 13 ਗ੍ਰਾਮ ਤੋਂ 7 ਗ੍ਰਾਮ ਖੂਨ ਹੋ ਗਿਆ ਤਾ। ਪੈਰਾਂ ਵਿੱਚ ਇੰਨੀ ਕੁ ਪੇਨ ਹੁੰਦੀ, ਰੋਂਦੀ ਹੁੰਦੀ, ਤੜਫਦੀ, ਕਈ ਵਾਰੀ ਤਾਂ ਆਪ ਮੈਨੂੰ ਰੋਂਦੀ ਰੋਂਦੀ ਕਹਿੰਦੀ ਹੁੰਦੀ ਸੀ ਬਈ ਮੈਨੂੰ ਮਰਵਾ ਦਿਉ।
ਮੈਂ ਠੀਕ ਨਹੀਂ ਹੋਣਾ ਬਈ ਮੈਂ ਨਾ ਮੇਰੇ ਕੋਲ ਦੁੱਖ ਨਹੀਂ ਝੇਲਿਆ ਜਾਂਦਾ ਮੇਰੇ ਕੋਲ ਦਰਦਾਂ ਨਹੀਂ ਝੇਲੀ ਜਾਂਦੀਆਂ ਮਤਲਬ ਕਿ ਤੀਜੀ ਵਾਰ ਫਿਰ ਬਲੱਡ ਚੜਾਇਆ ਬਲੱਡ ਚੜਾਉਣ ਤੋਂ ਬਾਅਦ ਮਤਲਬ ਕਿ ਇਹਦੇ ਸਾਹ ਥੋੜ੍ਹੇ ਔਖੇ ਹੋ ਗਏ ਆਈ ਸੀ ਯੂ 'ਚ ਸ਼ਿਫਟ ਕੀਤਾ ਉਹਨੂੰ 2 ਦਿਨ ਵੈਂਟੀਲੇਟਰ 'ਤੇ ਰਹੀ ਹੈ ਉਸ ਤੋਂ ਬਾਅਦ ਮੈਨੂੰ ਕਹਿੰਦੇ ਮਤਲਬ ਕਿ ਲੱਗਦਾ ਮੈਨੂੰ ਚੱਕਰ ਆਉਂਦੇ ਆ ਮੈਨੂੰ ਕਹਿੰਦੇ ਡਾਕਟਰ ਨੂੰ ਬੁਲਾ ਕੇ ਲਿਆਓ ਫੋਨ ਚਲਾ ਕੇ ਮੈਂ ਇੱਦਾਂ ਰੱਖਿਆ ਅਤੇ ਮੈਂ ਦੇਖਿਆ ਅਤੇ ਇਹਦੀ ਅੱਖਾਂ 'ਚ ਪਾਣੀ ਆਉਂਦਾ ਪਿਆ ਮੈਂ ਕਿਹਾ ਆਉਂਦੀ ਕਿਉਂ ਪਈ ਹੈ ਅਤੇ ਬੋਲੀ ਨਹੀਂ ਫਿਰ ਮੈਂ ਖੱਪ ਆਈ ਹੈ ਡਾਕਟਰ ਨੂੰ ਬੁਲਾਇਆ ਵੈਂਟੀਲੇਟਰ 'ਤੇ ਲਾਤਾ ਆਈ ਸੀ ਯੂ 'ਚ ਫਿਰ ਦੁਬਾਰਾ ਲੈ ਗਏ ਮੈਂ ਅੰਦਰ ਗਿਆ ਮੈਂ ਤਾਂ ਹੱਥ ਪੈਰ ਮੇਰੇ ਕੰਬਦੇ ਪਏ ਸੀ ਬੀ ਪੀ ਮੇਰਾ ਲੋਅ ਹੋ ਗਿਆ ਡਾਕਟਰ ਕਹਿੰਦੇ ਤੁਸੀਂ ਚਿੰਤਾ ਨਾ ਕਰੋ ਵੇਖੋ ਉਹਨੂੰ ਹੋਸ਼ ਆ ਗਈ ਹੈ ਠੀਕ ਹੈਗੀ ਅਤੇ ਵੈਂਟੀਲੇਟਰ 'ਤੇ ਲਾਇਆ ਸੀ ਮੂੰਹ 'ਚ ਪਾਈਪਾਂ ਲਗਾਈਆਂ ਸੀ ਇਹ ਕੋਈ ਬੋਲਿਆ ਨਹੀਂ ਸੀ ਜਾ ਰਿਹਾ ਅਤੇ ਫਿਰ ਮੈਨੂੰ ਉਹਨੇ ਇੱਦਾਂ ਕਿਹਾ ਵੀ ਮੈਨੂੰ ਕਹਿੰਦੀ ਹਿੰਮਤ ਰੱਖੋ ਮੈਂ ਠੀਕ ਹੈ 15-20 ਮਿੰਟ ਬਾਅਦ ਫਿਰ ਡਾਕਟਰ ਨੇ ਬੁਲਾਇਆ ਫਿਰ ਕਹਿੰਦੇ ਹੁਣ ਉਹਦੀ ਡੈਥ ਹੋ ਗਈ ਹੈ ਬਸ ਫਿਰ ਇੱਦਾਂ ਰੋਣਾ ਪਿੱਟਣਾ ਪੈ ਗਿਆ ਉਹਦੇ ਵਿੱਚ ਮੈਂ ਕਿਸੇ ਇਨਸਾਨ ਨੂੰ ਨਹੀਂ ਗਲਤ ਕਹਿ ਸਕਦਾ ਮਤਲਬ ਕਿ ਰੱਬ ਨੂੰ ਹੀ ਕਹਿ ਸਕਦਾ ਮੈਨੂੰ ਸ਼ੁਰੂ ਤੋਂ ਜਦੋਂ ਪੈਦਾ ਹੁੰਦੀ ਐਸੀ ਮਾਰ ਮਾਰੀ ਹੈ ਅਤੇ ਲਾਈਫ ਸ਼ੁਰੂ ਕੀਤੀ ਵਿਆਹ ਤੋਂ ਬਾਅਦ ਫਿਰ ਰੱਬ ਨੇ ਮੈਨੂੰ ਐਸੀ ਮਾਰ ਮਾਰੀ ਹੈ ਜੋ ਕੁੜੀ ਹਜੇ ਪੈਦਾ ਹੋਈ ਉਹਦਾ ਕੀ ਕਸੂਰ ਸੀ ਉਹਦੀ ਵੀ ਮਾਂ ਲੈ ਗਿਆ ਇੱਕ ਦਿਨ ਨਾਨੀ ਗਈ ਹੈ ਅਗਲੇ ਦਿਨ ਹੋ ਚੁੱਕੀ ਹੈ ਮੈਂ ਕਹਿੰਦਾ ਇੰਨਾ ਮਾੜਾ ਟਾਈਮ ਹੈ ਚਲੋ ਉਹ ਵੀ ਮਾਂ ਸੀ ਜਿਹਨੇ ਮੈਨੂੰ ਪਾਲਿਆ ਸੀ ਇੱਕ ਦਿਨ ਪਹਿਲਾਂ ਹੋ ਜਾਂਦੇ ਆ ਉਹਨਾਂ ਨੂੰ ਘਰ ਲੈ ਕੇ ਜਾਂਦੇ ਆ ਅਗਲੇ ਦਿਨ ਸਵੇਰੇ ਉਹਨਾਂ ਸੰਸਕਾਰ ਹੁੰਦਾ ਮੈਂ ਸੰਸਕਾਰ 'ਤੇ ਜਾਂਦਾ ਵਾਂ ਸੰਸਕਾਰ 'ਤੇ ਮੈਂ ਉਹਦੇ ਕੋਲ ਜਾਂਦਾ ਵਾਂ ਉਸ ਤੋਂ ਬਾਅਦ ਸਾਰਾ ਰਾਤ ਨੂੰ ਉਹ ਹੋ ਜਾਂਦੀ ਹੈ ਪਰ ਮਹਾਤਮਾ ਦੀ ਸੇਵਾ ਕਰ ਸਕਦੇ ਹੋਰ ਕਿਰਨਾ ਕਰਨ ਮੈਂ ਦੇਖੋ ਜਦੋਂ ਮੇਰਾ ਮੈਰਿਜ ਹੋਈ ਹੈ ਨਾ ਮੇਰੇ ਕੋਲ ਕੋਈ ਬਾਈਕ ਨਹੀਂ ਸੀ ਕੋਈ ਕੁਛ ਨਹੀਂ ਸੀ ਕਰਵਾ ਚੌਥ ਦੇ ਵਰਤੋਂ ਪਹਿਲਾਂ ਮੈਨੂੰ ਕੀਤਾ ਵੀ ਚਲੋ ਕੋਈ ਨਹੀਂ ਅਸੀਂ ਐਕਟੀਵਾ ਲੈਂਦੇ ਹਾਂ ਐਕਟੀਵਾ ਐਸੀ ਲਈ ਹੈ ਨਾ ਐਕਟੀਵਾ ਦੇ ਮਤਲਬ ਬਿਠਾ ਕੇ ਮੈਂ ਘੁਮਾਇਆ ਕਿੱਥੇ ਨਹੀਂ ਹੈ ਹੋਸਪਿਟਲਾਂ ਵਿੱਚ ਧੱਕੇ ਖਵਾਏ ਕਦੀ ਹਾਂਜੀ ਜਦੋਂ ਜੀ ਮੈਂ ਐਕਟੀਵਾ ਲਈ ਹੈ ਕਦੀ ਉਹ ਹੋਸਪਿਟਲ 'ਚ ਲੈ ਕੇ ਜਾ ਮਤਲਬ ਕਿ ਮੈਂ ਵੀ ਕੋਈ ਗੱਲ ਤੋਂ ਡਾਂਟਣਾ ਕੋਈ ਦਬਕਾ ਮਾਰਨਾ ਮੇਰੇ ਅੱਗੇ ਕਦੀ ਜਵਾਬ ਨਹੀਂ ਦੇਣਾ ਥੋੜ੍ਹਾ ਜਿਹਾ ਨਾਰਾਜ਼ ਹੋ ਕੇ ਸਾਈਡ 'ਤੇ ਬਹਿ ਜਾਂਦੀ ਹੁੰਦੀ ਪਰ ਅੱਗੋਂ ਬੋਲਣਾ ਨਹੀਂ ਹੈ ਦੇਖੋ ਕਿਤੇ ਕੋਈ ਰਿਸ਼ਤੇ ਵਿੱਚ ਕੁੜੀ ਗਲਤ ਹੋ ਜਾਂਦੀ ਹੈ ਕੋਈ ਰਿਸ਼ਤੇ ਵਿੱਚ ਮੁੰਡਾ ਗਲਤ ਹੋ ਜਾਂਦਾ ਠੀਕ ਹੈ ਅਸੀਂ ਦੋਵੇਂ ਇੰਨੇ ਸਹੀ ਚੱਲਦੇ ਪਏ ਸੀ ਆਪਣਾ ਜੀਵਨ ਬਿਤਾਉਂਦੇ ਪਏ ਸੀ ਇਹਦਾ ਰੱਬ ਗਲਤ ਹੋ ਗਿਆ ਮਤਲਬ ਕਿ ਕਿਸਮਤ ਮਾੜੀ ਕਹਿ ਸਕਦੇ ਹਾਂ ਮੇਰੀ ਤਾਂ ਹੈਗੀ ਹੈਗੀ ਸੀ ਮੇਰੇ ਧੀ ਦੀ ਵੀ ਕਿਸਮਤ ਮਾੜੀ ਹੋ ਗਈ ਮੈਨੂੰ ਤਾਂ ਕੁੜੀਆਂ ਬਥੇਰੀਆਂ ਮਿਲ ਜਾਣਗੀਆਂ ਮੈਂ ਵਿਆਹ ਕਰਾਵਾਂਗਾ ਪਰ ਉਹਨੂੰ ਮਾਂ ਨਹੀਂ ਮਿਲੇਗੀ ਮਾਂ ਦੀ ਕਮੀ ਕੋਈ ਪੂਰੀ ਕਰ ਹੀ ਨਹੀਂ ਸਕੇਗਾ ਸਾਰੇ ਕਹਿੰਦੇ ਆ ਉੱਥੇ ਵੇਖ ਲਾ ਉੱਥੇ ਵੇਖ ਲਾ ਉਹਦੇ ਬਾਰੇ 'ਚ ਸੋਚਣਾ ਮੈਨੂੰ ਪਤਾ ਆਪਣਾ ਮਾਂ ਪਿਓ ਤੋਂ ਬਿਨਾਂ ਬਚਪਨ ਕਿੱਦਾਂ ਕੱਢਿਆ ਮੈਂ ਕਿਉਂਕਿ ਮੈਂ ਉਹਦੀ ਫੀਲਿੰਗ ਨੂੰ ਸਮਝ ਸਕਦਾ ਕਿ ਉਹ ਵੱਡੀ ਹੋ ਕੇ ਕੀ ਸੋਚੇਗੀ ਤੇ ਡੈਡੀ ਆਪਣੇ ਨਸੋਰੇ ਨਾਲ ਤਾਂ ਇਸ ਤਰ੍ਹਾਂ ਕਰਦੀ ਹੁੰਦੀ ਸੀ ਜਮੀਦਾਰ ਨਾਲ ਉਹਦਾ ਡੈਡੀ ਜਿਸ ਤਰ੍ਹਾਂ ਕੋਈ ਵੀ ਗੱਲ ਹੋਣੀ ਡੈਡੀ ਫਲਾਣੀ ਚੀਜ਼ ਮੈਨੂੰ ਲਿਆ ਦੋ ਠੀਕ ਹੈ ਪ੍ਰੀਤੀ ਮੈਂ ਲਿਆ ਦਿੰਦਾ ਕਦੀ ਨਹੀਂ ਸੀ ਕਿਹਾ ਵੀ ਮੈਂ ਨਹੀਂ ਤੈਨੂੰ ਲਿਆ ਕੇ ਦੇਣੀ ਜਿਸ ਤਰ੍ਹਾਂ ਮੈਂ ਠੀਕ ਨਹੀਂ ਹੋਣਾ ਕਹਿਣਾ ਮੰਮੀ ਤੁਸੀਂ ਉੱਠ ਕੇ ਨਾ ਰੋਟੀ ਨਹੀਂ ਬਣਾਉਣੀ ਮੈਂ ਆਪੇ ਬਣਾਵਾਂਗੀ ਕਦੀ ਨਹੀਂ ਸੀ ਉਹਨੇ ਕਿਹਾ ਵੀ ਮੰਮੀ ਤੂੰ ਹੀ ਇਸ ਤਰ੍ਹਾਂ ਨਹੀਂ ਮੈਂ ਕਿਉਂ ਕਰਾਂ ਵੀ ਮੈਂ ਆਪ ਨਹੀਂ ਠੀਕ ਦੇਣੀ ਜਿਸ ਤਰ੍ਹਾਂ ਵੀ ਹੀ ਉਹਨੇ ਕਰਦੀ ਰਹਿਣਾ ਕੰਮ ਭਾਵੇਂ ਥੋੜ੍ਹਾ ਕਰਨਾ ਬਹੁਤਾ ਕਰਨਾ ਉਹਨੇ ਹੌਲੀ ਹੌਲੀ ਕਰਦੀ ਰਹਿਣਾ ਭਾਵੇਂ ਜਿੰਨੀ ਮਰਜ਼ੀ ਵਿਆਹ ਕੇ ਲਾਏਗੀ ਪਰ ਨਹੀਂ ਤੇਰੀ ਸਗੋਂ ਮੰਮੀ ਨੇ ਹੱਸਣਾ ਕਹਿੰਦਾ ਤੇਰੀ ਸੱਸ ਆ ਗਈ ਹੈ ਕਹਿੰਦਾ ਨਹੀਂ ਮੇਰੀ ਸੱਸ ਨਹੀਂ ਮੇਰੀ ਮੰਮੀ ਹੈ ਅਤੇ ਆਪਣੀ ਮਾਂ ਨੂੰ ਨਹੀਂ ਸੀ ਬਹਿਣ ਦੇਣਾ ਅਤੇ ਮੈਨੂੰ ਕਹਿੰਦਾ ਮੰਮੀ ਠੰਡਿਆ ਬਹਿ ਜਾ ਮੇਰੇ ਬਿਸਤਰੇ 'ਚ ਆਣ ਕੇ ਅਤੇ ਤੁਸੀਂ ਆਏ ਜੇ ਕੰਮ ਕਰਕੇ ਤੁਸੀਂ ਮੇਰੇ ਲਾਗੇ ਬੀਤੇ ਤੋਂ ਆਪਣੀ ਮੰਮੀ ਨੇ ਸਗੋਂ ਹੱਸਣਾ ਕਹਿੰਦਾ ਲੈ ਵੇਖ ਲਾ ਮਾਂ ਨੂੰ ਨਹੀਂ ਕਹਿਤਾ ਸੱਸ ਨੂੰ ਕਹਿੰਦੀ ਲਾਗੇ ਬਹਿ ਜਾ ਆਣ ਕੇ ਮੇਰੇ ਲੱਗਦਾ ਉੱਦਾਂ ਦੀ ਰੂਹ ਨਹੀਂ ਮਿਲਣੀ ਕਦੀ ਵੀ ਨਹੀਂ ਮਿਲਣੀ ਜਿੱਥੋਂ ਮਰਜ਼ੀ ਲੱਭਦੀ ਹੈ ਕਦੀ ਵੀ ਨਹੀਂ ਮਿਲਣੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਅੱਜ ਤੁਹਾਡੀ ਮੁਲਾਕਾਤ ਚਾਂਦ ਦੁਰਾਨਾ ਵੀਰ ਦੇ ਨਾਲ ਕਰਵਾਉਣ ਜਾ ਰਹੇ ਹਾਂ ਵੀਰ ਹੁਣੇ ਜਦੋਂ ਇਹਨਾਂ ਦਾ ਬਰਥ ਹੁੰਦਾ ਹੈ ਇਹਨਾਂ ਦੇ ਮਾਤਾ ਜੀ ਦੀ ਡੈਥ ਹੋ ਜਾਂਦੀ ਹੈ ਤਾਂ ਫਿਰ ਇਹਨਾਂ ਦੇ ਨਾਨੀ ਨਾਨਾ ਜੀ ਇਹਨਾਂ ਨੂੰ ਲੈ ਜਾਂਦੇ ਨੇ ਅਤੇ ਨਾਨੀ ਜੀ ਇਹਨਾਂ ਦੀ ਪਰਵਰਿਸ਼ ਕਰਦੇ ਨੇ ਪਾਲਦੇ ਨੇ ਜਦੋਂ ਵੱਡੇ ਹੁੰਦੇ ਨੇ ਇਹਨਾਂ ਦਾ ਇੱਕ ਦੋਸਤ ਹੁੰਦਾ ਆ ਤਾਂ ਉਹ ਦੋਸਤ ਇਹਨਾਂ ਨੂੰ ਆਪਣੇ ਘਰ ਲੈ ਕੇ ਜਾਂਦਾ ਹੈ ਅਤੇ ਉਸ ਦੋਸਤ ਦੇ ਪੇਰੈਂਟਸ ਇਹਨਾਂ ਨੂੰ ਆਪਣਾ ਬੇਟਾ ਸਮਝਦੇ ਨੇ ਅਤੇ ਆਪਣੇ ਪੁੱਤਾਂ ਵਾਂਗ ਰੱਖਦੇ ਨੇ ਤਾਂ ਉਦੋਂ ਦੇ ਇਹ ਉਹਨਾਂ ਦੇ ਨਾਲ ਰਹਿੰਦੇ ਨੇ ਫਿਰ ਉਹ ਪਰਿਵਾਰ ਇਹਨਾਂ ਨੂੰ ਇਹਨਾਂ ਦਾ ਵਿਆਹ ਕਰਦਾ ਹੈ ਜਦੋਂ ਵਿਆਹ ਹੁੰਦਾ ਹੈ ਵਿਆਹ ਤੋਂ ਬਾਅਦ ਇਹਨਾਂ ਦੇ ਘਰ ਬੇਟੀ ਜਨਮ ਲੈਂਦੀ ਆ ਬੇਟੀ 7 ਮਹੀਨਿਆਂ ਦੀ ਹੁੰਦੀ ਹੈ ਅਤੇ ਜਦੋਂ ਵਿਆਹ ਨੂੰ 2 ਸਾਲ ਕੰਪਲੀਟ ਹੋਣੇ ਹੁੰਦੇ ਆ ਤਾਂ ਇਹਨਾਂ ਦੀ ਵਾਈਫ ਦੀ ਡੈਥ ਹੋ ਜਾਂਦੀ ਆ ਗੱਲਬਾਤ ਕਰਾਂਗੇ ਕਿਵੇਂ ਸਾਰੀ ਜ਼ਿੰਦਗੀ ਦੀ ਕਹਾਣੀ ਵਾਪਰਦੀ ਆ ਵੀਰ ਹੁਣੇ ਸਾਡੇ ਨਾਲ ਮੌਜੂਦ ਆ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ
ਆਂਟੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਠੀਕ ਹੋ? ਹਾਂਜੀ। ਅੱਛਾ ਵੀਰੇ, ਬਚਪਨ ਦੇ ਵਿੱਚ ਜਦੋਂ 15 ਮਿੰਟਾਂ ਦੇ ਸੀਗੇ ਜਦੋਂ ਤੁਹਾਡੇ ਮਦਰ ਜੀ ਦੀ ਡੈਥ ਹੋ ਜਾਂਦੀ ਹੈ, ਹੈ ਨਾ, ਕਿਵੇਂ ਹੁੰਦਾ ਹੈ ਸਾਰਾ ਕੁਛ? ਬਾਕੀ ਬਸ ਜਦੋਂ ਮੈਂ ਪੈਦਾ ਹੋਇਆ ਵਾਂ ਅਤੇ ਮੈਨੂੰ ਬਸ ਦੱਸਿਆ ਗਿਆ, ਜਿੱਦਾਂ ਵੱਡੇ ਕਹਿੰਦੇ ਆ ਵੀ ਮੇਰਾ ਜਨਮ ਹੋਇਆ ਸੀ, ਅਤੇ ਮੈਂ 15 ਮਿੰਟ ਦਾ ਸੀ, ਮੰਮੀ ਦੀ ਡੈਥ ਹੋ ਗਈ ਆ। ਜਦੋਂ ਤੱਕ ਹੋਸਪਿਟਲ ਗਏ ਘਰ, ਮਤਲਬ ਕਿ ਡੈਥ ਹੋ ਗਈ ਸੀ ਇਹਨਾਂ ਦੀ, ਜਦੋਂ ਤੱਕ ਹੋਸਪਿਟਲ ਗਏ ਆ ਉਦੋਂ ਤੱਕ ਉਹਨਾਂ ਨੇ ਜਵਾਬ ਦੇ ਦਿੱਤਾ ਸੀ। ਡੈਥ ਮਤਲਬ ਕਿ ਕਿੱਦਾਂ ਹੋਈ ਆ, ਜਦੋਂ ਪਹਿਲੇ ਜ਼ਮਾਨੇ ਵਿੱਚ ਘਰ ਮਤਲਬ ਕਿ ਡਿਲੀਵਰੀ ਹੋ ਜਾਂਦੀ ਸੀ, ਘਰ ਮਤਲਬ ਕਿ ਕੇਸ ਹੋਇਆ, ਮੈਂ ਘਰ ਪੈਦਾ ਹੋਇਆ। ਉਸ ਤੋਂ ਬਾਅਦ ਮੰਮੀ ਦੀ ਥੋੜ੍ਹਾ ਪਰੇਸ਼ਾਨੀ ਹੋਈ ਹੈ ਅਤੇ ਹੋਸਪਿਟਲ ਲੈ ਕੇ ਗਏ, ਰਸਤੇ ਵਿੱਚ ਉਹਨਾਂ ਡੈਥ ਹੋ ਗਈ ਹੈ। ਬਾਕੀ ਇਹਨਾਂ ਦੇ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਛੋਟਾ ਸੀ, ਨਾ ਮੈਨੂੰ ਕਿਸੇ ਨੇ ਵਿਸਤਾਰ ਨਾਲ ਦੱਸਿਆ, ਪਰ ਉਹਨਾਂ ਦੀ ਡੈਥ ਹੋ ਗਈ ਹੈ। ਉਸ ਤੋਂ ਬਾਅਦ ਚਲੋ ਜੋ ਵੀ ਮਾੜਾ ਟਾਈਮ ਤਾਂ ਹੈ ਹੀ ਹੈ, ਫਿਰ ਨਾਨੀ ਜੀ ਮਤਲਬ ਕਿ ਬਹੁਤ ਰੋਣਾ, ਬਈ ਜਵਾਨ ਧੀ ਚਲੀ ਗਈ ਹੈ, ਅਤੇ ਫਿਰ ਉਹਨਾਂ ਨੂੰ ਸਾਡੇ 'ਤੇ ਬਹੁਤ ਪਿਆਰ ਆਇਆ, ਬਹੁਤ ਤਰਸ ਆਇਆ, ਬਈ ਮੈਂ ਕਿਹਦੇ ਭਰੋਸੇ ਛੱਡਾਂ ਬੱਚੇ। ਉਹ ਸਾਨੂੰ ਆਪਣੇ ਨਾਲ ਲੈ ਆਇਆ, ਮੈਂ ਮੇਰੀ ਸਿਸਟਰ, ਅਤੇ ਸਾਨੂੰ ਆਪਣੇ ਨਾਲ ਲੈ ਆਇਆ, ਉਹਨਾਂ ਨੇ ਆਪਣੇ ਬੱਚਿਆਂ ਵਾਂਗੂ ਸਾਨੂੰ ਪਾਲਿਆ, ਵੱਡੇ ਕੀਤਾ, ਸਕੂਲ ਪੜ੍ਹਾਇਆ ਲਿਖਾਇਆ। ਅਤੇ ਚਲੋ ਸਮਾਂ ਲੰਘਦਾ ਗਿਆ, ਬਾਕੀ ਮਾਂ ਪਿਓ ਦੀ ਕਮੀ ਤਾਂ ਦੇਖੋ ਕੋਈ ਵੱਧ ਵੀ ਕਰ ਰਹੇ ਨਾ, ਤਦ ਵੀ ਪੂਰੀ ਨਹੀਂ ਹੋ ਸਕਦੀ ਹੈ। ਸਾਨੂੰ ਤਾਂ ਮਹਿਸੂਸ ਹੁੰਦਾ ਸੀ, ਪਰ ਅਸੀਂ ਨਹੀਂ ਸ਼ੋਅ ਕਰਦੇ ਵੀ ਨਾਨੀ ਸਾਡੇ ਨਾਲ ਕਿੰਨਾ ਕਰਦੇ ਹੈ, ਨਾਨੀ ਸਾਡੇ ਨਾਲ ਕਿੰਨਾ ਕਰਦੇ। ਉਸ ਤੋਂ ਬਾਅਦ ਚਲੋ ਥੋੜ੍ਹੇ ਵੱਡੇ ਹੋਏ ਆ, ਸਿਸਟਰ ਵੱਡੇ ਹੋਏ, ਇਹਨਾਂ ਦੀ ਮੈਰਿਜ ਕੀਤੀ ਨਾਨੀ ਨੇ, ਮਾਮਾ ਜੀ ਨੇ ਰਲ ਕੇ ਸਾਰਿਆਂ ਨੇ ਉਹਨਾਂ ਦਾ ਵਿਆਹ ਕੀਤਾ। ਉਸ ਹਾਂਜੀ ਭੈਣ ਦਾ ਵਿਆਹ ਕੀਤਾ। ਉਸ ਤੋਂ ਬਾਅਦ ਚਲੋ ਮੇਰੀ ਵੀ ਪਲੱਸ ਟੂ ਕੰਪਲੀਟ ਹੋਈ, ਅਤੇ ਮੈਂ ਵੀ ਸੋਚਿਆ ਥੋੜ੍ਹੀ ਬਹੁਤੀ, ਚਲੋ ਮੈਨੂੰ ਚੰਗਾ ਨਹੀਂ ਲੱਗਾ, ਮੈਂ ਕਿਹਾ ਨਾਨੀ ਜੀ ਮੈਂ ਆਪਣੇ ਪੈਰਾਂ 'ਤੇ ਸਟੈਂਡ ਹੋਣਾ ਚਾਹੁੰਦਾ ਵਾਂ, ਹਾਂ ਡਿਪੈਂਡ ਨਹੀਂ, ਮੈਂ ਆਪਣੇ ਪੈਰਾਂ 'ਤੇ ਸਟੈਂਡ ਹੋ ਕੇ ਘਰ ਬਾਰ ਬਣਾ ਕੇ ਮੈਂ ਫਿਰ ਹੀ ਮੈਰਿਜ ਕਰਾਂਗਾ। ਅਤੇ ਨਾਨੀ ਨੇ ਕਿਹਾ ਦੇਖ ਲਾ ਤੇਰੀ ਮਰਜ਼ੀ, ਮਤਲਬ ਕਿ ਬਹੁਤ ਰੋਣ ਲੱਗ ਗਿਆ ਬਈ ਤੂੰ ਇੱਦਾਂ ਚੱਲਾਂ ਵਾਂ। ਅਤੇ ਫਿਰ ਵੀ ਮੈਂ ਆਪਣੇ ਇਹ ਕਦਮ ਚੁੱਕਿਆ, ਮੈਂ ਬਾਹਰ ਨਿਕਲਿਆ, ਲਾਈਫ ਬਹੁਤ ਔਖੀ ਲੱਗੀ ਮੈਨੂੰ। ਉਸ ਤੋਂ ਬਾਅਦ ਮੈਂ ਜੋਬ ਕਰਦਾ ਹੁੰਦਾ ਸੀ, ਜੋਬ 'ਤੇ ਇੱਕ ਦੋ ਫਰੈਂਡ ਬਣੇ ਆ, ਇੱਕ ਰਾਮ ਸਭ ਤੋਂ ਪਹਿਲਾਂ ਮੇਰਾ ਫਰੈਂਡ ਬਣਿਆ, ਅਤੇ ਉਹ ਵੀ ਘਰੋਂ ਬਹੁਤ ਚੰਗਾ ਸੀ, ਮਤਲਬ ਕਿ ਸਮਝਦਾਰ ਸੀ, ਇੱਕ ਅੱਜ ਕੱਲ੍ਹ ਦੇ ਮੁੰਡਿਆਂ ਵਰਗਾ ਨਹੀਂ ਸੀ, ਜਿੱਦਾਂ ਕਿ ਠੀਕ ਹੈ, ਉਹਨੇ ਮੈਨੂੰ ਵੀ ਆਪਣੇ ਵਰਗਾ ਸ਼ਿਕਸ਼ਾ ਦਿੱਤੀ ਆ ਬਈ ਤੂੰ ਵੀ ਚਲੋ ਇੱਦਾਂ ਵਾ, ਅਤੇ ਕਮੇਟੀਆਂ ਕਮੂਟੀਆਂ ਪਾ, ਤੂੰ ਆਪਣੀ ਜਗ੍ਹਾ ਵੱਲ ਧਿਆਨ ਦੇ, ਕੋਈ ਗੱਲ ਨਹੀਂ, ਅਸੀਂ ਪਿੱਛੇ ਬੈਠੇ ਹਾਂ। ਆਪਣੇ ਘਰ ਲੈ ਕੇ ਗਿਆ ਮੈਨੂੰ, ਅਤੇ ਉਹਦੇ ਕਹਿੰਦੇ ਤੂੰ ਆਪਣੀ ਮੇਰੀ ਫੈਮਿਲੀ ਨੂੰ ਫੈਮਿਲੀ ਹੀ ਸਮਝਣਾ, ਅਤੇ ਬਾਕੀ ਕੋਈ ਨਹੀਂ, ਤੂੰ ਜਿੱਦਾਂ ਮਰਜ਼ੀ ਆ ਜਾ, ਅਤੇ ਬਾਕੀ ਆਪਣੀ ਲਾਈਫ ਦੇਖ, ਅਤੇ ਕੋਈ ਗਲਤ ਪਾਸੇ ਨਹੀਂ ਜਾਣਾ। ਮੈਂ ਤੁਸੀਂ ਉਹਨਾਂ ਨੂੰ ਦੱਸਦੇ ਹੋ ਕਿ ਤੁਹਾਡੇ ਨਾਲ ਮਤਲਬ ਬਚਪਨ ਤੋਂ ਇਹ ਚੀਜ਼ਾਂ ਤੁਹਾਡੇ ਨਾਲ ਹੋਈਆਂ ਨੇ, ਤੁਹਾਡੇ ਮਦਰ ਨੇ? ਹਾਂਜੀ ਮੈਂ ਦੱਸਿਆ ਉਹਨਾਂ ਨੂੰ ਸਾਰੀ ਸਟੋਰੀ, ਦੱਸੀ ਹੈ ਉਹਨਾਂ ਨੇ ਵੀ। ਚਲੋ ਮੇਰੇ 'ਤੇ ਆਇਆ, ਕਹਿੰਦੇ ਚਲੋ ਕੋਈ ਗੱਲ ਨਹੀਂ, ਹੁਣ ਤੂੰ ਇਸ ਟਾਈਮ 'ਤੇ ਚਲੋ ਇਕੱਲਾ ਸਟਰਗਲ ਕਰਦੇ ਹਾਂ, ਮੈਂ ਭਰਾ ਬਣ ਕੇ ਜਦੋਂ ਨਾਲ ਤੁਰਦਾ ਪਿਆ ਵਾਂ। ਉਸ ਤੋਂ ਬਾਅਦ ਚਲੋ ਆਰਾਮ ਨਾਲ ਮਤਲਬ ਕਿ ਯਾਰੀ ਦੋਸਤੀ ਪਈ ਹੈ, ਕਮੇਟੀਆਂ ਕਮੂਟੀਆਂ ਪਈਆਂ, ਆਪਣੀ ਜਗ੍ਹਾ ਲਿੱਤੀ ਆ। ਉਸ ਤੋਂ ਬਾਅਦ ਮੇਰੀ ਲਾਈਫ 'ਚ ਇੱਕ ਹੋਰ ਫਰੈਂਡ ਆਉਂਦਾ, ਦੀਪਕ ਆਉਂਦਾ, ਅਤੇ ਉਸ ਤੋਂ ਬਾਅਦ ਉਹ ਵੀ ਮੈਨੂੰ ਕਹਿੰਦਾ ਵੀਰ ਜੀ, ਮੈਂ ਉਹਨੂੰ ਦੱਸਦਾ ਆਪਣੇ ਬਾਰੇ, ਅਤੇ ਪਹਿਲਾਂ ਫਰੈਂਡ ਹੀ ਸੀ, ਵੀਰ ਜੀ ਤੁਸੀਂ ਸਾਡੇ ਵੱਡੇ ਭਰਾਵਾਂ ਵਰਗੇ ਹੋ, ਤੁਸੀਂ ਘਰ ਆਇਆ ਕਦੋਂ? ਕੋਈ ਗੱਲ ਨਹੀਂ। ਦੀਪਕ ਮੈਨੂੰ ਆਪਣੇ ਘਰ ਲੈ ਕੇ ਆਇਆ, ਅਤੇ ਘਰ ਲੈ ਕੇ ਆਇਆ, ਮੰਮੀ ਡੈਡੀ ਨਾਲ ਮਿਲਾਇਆ, ਇਹਨਾਂ ਨੇ ਵੀ ਮੈਨੂੰ ਬਹੁਤ ਪਿਆਰ ਦਿੱਤਾ, ਅਤੇ ਮੈਂ ਕਿਰਾਏ 'ਤੇ ਰਹਿੰਦਾ ਹੁੰਦਾ ਸੀ। ਅਤੇ ਉਸ ਤੋਂ ਬਾਅਦ ਇਹਨਾਂ ਨੇ, ਮੰਮੀ ਨੇ ਮੈਨੂੰ ਕਿਹਾ ਬਈ ਤੂੰ ਕੋਈ ਗੱਲ ਨਹੀਂ, ਸਾਡੇ ਤੂੰ ਦੀਪਕ ਤੇ ਸਾਡਾ ਵੱਡਾ ਮੁੰਡਾ, ਤੈਨੂੰ ਘਰ ਲੈ ਆਇਆ, ਤੂੰ ਵੀ ਅੱਜ ਤੋਂ ਬਾਅਦ ਸਾਡਾ ਵੱਡਾ ਮੁੰਡਾ ਹੀ ਹੈ। ਹਾਂਜੀ ਹਾਂਜੀ, ਅਤੇ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, ਬਾਕੀ ਥੋੜ੍ਹਾ ਬਹੁਤਾ ਚਲ ਤੂੰ ਜੋੜਿਆ ਵਾ, ਅਤੇ ਅਸੀਂ ਤੈਨੂੰ ਅੱਗੇ ਵਧਾਉਂਦੇ ਹਾਂ, ਅਤੇ ਕਿਰਾਏ ਤੋਂ ਸਾਨੂੰ ਮੈਨੂੰ ਆਪਣੇ ਘਰ ਵਿੱਚ ਲੈ ਆਏ ਸਮਾਨ ਮੇਰਾ, ਅਤੇ ਸਮਾਨ ਮੇਰਾ ਲੈ ਆਏ ਆ। ਉਸ ਤੋਂ ਬਾਅਦ ਫਿਰ ਮੈਂ ਆਪਣੀ ਜਗ੍ਹਾ ਲਿੱਤੀ ਆ, ਮਤਲਬ ਕਿ ਜਗ੍ਹਾ ਬਣਾਉਣੀ ਸ਼ੁਰੂ ਕੀਤੀ ਆ। ਜਗ੍ਹਾ ਬਣਾਉਣ ਵਿੱਚ ਜਦੋਂ ਮਤਲਬ ਕਿ ਲੈਂਟਰ ਪੈਣਾ, ਕੁਛ ਹੋਣਾ, ਮਤਲਬ ਮੇਰੇ ਦੋਵੇਂ ਭਰਾਵਾਂ ਨੇ ਮੇਰਾ ਬਹੁਤ ਸਪੋਰਟ ਕੀਤਾ, ਆਪ ਮਜ਼ਦੂਰੀ ਕੀਤੀ ਆ, ਮੰਮੀ ਇਹਨਾਂ ਨੇ ਮਜ਼ਦੂਰੀ ਕੀਤੀ ਆ ਆਪ ਮਕਾਨ ਬਣਾਉਣ ਵਿੱਚ। ਹਾਂਜੀ, ਮਤਲਬ ਜਿਹੜਾ ਤੁਹਾਡੇ ਦੋਸਤ ਦਾ ਪਰਿਵਾਰ ਜਿਹੜਾ ਤੁਹਾਨੂੰ ਬੇਟਾ ਬਣਾਉਂਦੇ ਨੇ, ਉਹ ਤੁਹਾਡੀ ਹੈਲਪ ਕਰਦੇ ਨੇ, ਉਹੀ ਸਾਰਾ ਕੰਮ ਕਰਦੇ? ਦੂਸਰਾ
ਪਰਿਵਾਰ ਹੈਗਾ ਆਰਾਮ ਦਾ, ਉਹ ਵੀ ਮਤਲਬ ਕਿ ਬਹੁਤ, ਉਹ ਵੀ ਨਾਲ ਹੀ ਦੋਵੇਂ ਦੋਸਤਾਂ ਦੇ ਨਾਲ ਮੇਰੇ ਮਤਲਬ ਕਿ ਸਪੋਰਟ ਕੀਤਾ ਬਹੁਤ ਮਕਾਨ ਬਣਾਉਣ 'ਚ ਪੈਸਿਆਂ ਵੱਲੋਂ, ਅਤੇ ਚਲੋ ਮਕਾਨ ਬਣ ਗਿਆ। ਫਿਰ ਮੈਂ ਰੱਬ ਦਾ ਸ਼ੁਕਰੀਆ ਅਦਾ ਕੀਤਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ, ਮੇਰੇ ਮਤਲਬ ਕਿ ਚੰਗੇ ਦਿਨ ਆ ਗਏ। ਚਲੋ ਜੋ ਵੀ ਬਚਪਨ 'ਚ ਹੋਇਆ ਸੀ ਮੈਂ ਭੁੱਲ ਗਿਆ। ਅੱਛਾ, ਜਿੱਦਾਂ ਇਹਨਾਂ ਦੀ ਲਾਈਫ ਦੇ ਵਿੱਚ ਪਹਿਲਾਂ ਹੀ ਬਹੁਤ ਸਟਰਗਲ ਸੀਗਾ, ਹੈ ਨਾ, ਤੁਸੀਂ ਮਾਂ ਬਣ ਕੇ ਆਏ ਇਹਨਾਂ ਦੀ ਜ਼ਿੰਦਗੀ ਦੇ ਵਿੱਚ, ਤੁਹਾਡੇ ਬੇਟੇ ਨੇ ਇਹਨਾਂ ਨੂੰ ਇਹਨਾਂ ਦੇ ਬਾਰੇ ਤੁਹਾਨੂੰ ਦੱਸਿਆ ਸੀਗਾ? ਹਾਂਜੀ। ਕਹਿੰਦੇ ਸੀ ਮੰਮੀ ਜੀ ਬੜੇ ਇਹਦੇ ਨੇ ਨਾ ਬੜੇ ਮੁਸੀਬਤਾਂ ਵੇਖੀਆਂ ਹੈ, ਅਤੇ ਤੁਸੀਂ ਇਹਨਾਂ ਇਹਨੂੰ ਸਹਾਰਾ ਦੇਣਾ ਹੈ, ਵੀ ਆਪਣਾ ਮਾਂ ਪਿਓ ਬਣ ਕੇ ਨਾ ਇਹਨੂੰ ਅਤੇ ਸਾਥ ਪੂਰਾ ਦੇਣਾ ਹੈ। ਅਤੇ ਕਹਿੰਦੇ ਮੈਂ ਠੀਕ ਹੈ ਪੁੱਤ, ਮੈਂ ਅੱਜ ਤੋਂ ਬਾਅਦ ਤੂੰ ਨਹੀਂ ਵੱਡਾ ਉਹ ਵੱਡਾ ਹੈ, ਮੈਂ ਜੋ ਵੀ ਕਰਾਂਗੀ ਨਾ ਮੈਂ ਕਰਾਂਗੀ, ਜੋ ਦੁੱਖ ਤਕਲੀਫ ਹੋਏਗੀ ਮੈਂ ਇਹਦੇ ਨਾਲ ਸਾਥ ਦੇਵਾਂਗੀ। ਸਾਰਾ ਸਾਥ ਦਿੱਤਾ ਹੈ, ਵਿਆਹ ਕੀਤਾ ਹੈ, ਪਰ ਰੱਬ ਨੇ ਸੁਣੀ ਨਹੀਂ। ਚੰਗਾ ਵਿਆਹ ਕੀਤਾ ਹੈ, ਕੋਈ ਜਿਹੜੀ ਮੈਂ ਨਹੀਂ ਕਸਰ ਛੱਡੀ, ਸਾਰੇ ਸਗਨ ਵਿਆਹ ਕੀਤੀ, ਵਿਆਹ ਕੇ ਲਿਆਈ ਹਾਂ। ਜਿੱਦਣ ਮੰਗਣ ਗਏ ਸੀ ਉਹ ਦਿਨ ਮੈਂ ਕਿਹਾ ਮੈਂ ਪੁੱਤ ਵੇਖ ਮੈਂ ਤੈਨੂੰ ਨੌਂ ਨਹੀਂ ਬਣਾ ਕੇ ਖਾਣਾ, ਤੈਨੂੰ ਮੈਂ ਧੀ ਬਣਾ ਕੇ ਖਾਣਾ, ਪਰ ਰੱਬ ਨੇ ਨਹੀਂ ਰੱਖੀ ਰਾਜ। ਅੱਛਾ, ਜਿੱਦਣ ਤੁਹਾਡੇ ਕੋਲ ਪਹਿਲੀ ਵਾਰ ਆਉਂਦੇ ਆ ਵੀਰ ਹੁਣੇ, ਤੁਸੀਂ ਇਹਨਾਂ ਨੂੰ ਕਹਿੰਦੇ ਹੋ, ਇਹਨਾਂ ਨੂੰ ਕਹਿ ਦਿੰਦੇ ਹੋ ਵੀ ਤੁਸੀਂ ਤੈਨੂੰ ਅੱਜ ਤੋਂ ਬਾਅਦ ਮੈਂ ਤੇਰੀ ਮਾਂ ਆ ਅਤੇ ਇਹ ਤੇਰਾ ਪਰਿਵਾਰ ਆ, ਇਹ ਤੇਰੀ ਭੈਣ ਆ, ਤੁਹਾਡੀ ਬੇਟੀ ਹੈ ਨਾ ਸਾਰਿਆਂ ਨੇ? ਹਾਂਜੀ। ਮੈਂ ਇਹਨੂੰ ਕਿਹਾ, ਮੈਂ ਕਿਹਾ ਦੇਖ ਪੁੱਤ ਵੱਡਾ ਤੂੰ ਹੈ, ਇਹ ਤੇਰੇ ਛੋਟੇ ਭੈਣ ਭਰਾ ਹੈ, ਤੇਰੀ ਭੈਣ ਹੈ, ਤੂੰ ਕਿਸੇ ਚੀਜ਼ ਦੀ ਮਹਿਸੂਸ ਨਹੀਂ ਕਰਨਾ ਵੀ ਮੈਨੂੰ ਮਤਲਬ ਕੁਛ ਨਹੀਂ ਮਿਲਿਆ, ਸਾਰਾ ਪਰਿਵਾਰ ਤੇਰਾ ਹੈ, ਮਾਂ ਤੇਰੀ ਹੈ, ਪਿਓ ਤੇਰਾ, ਜਿਹੜੀ ਚੀਜ਼ ਦੀ ਤੈਨੂੰ ਲੋੜ ਹੈ ਨਾ ਤੂੰ ਮੈਨੂੰ ਦੱਸ, ਮੈਂ ਤੇਰੇ ਹਾਜ਼ਰ ਕਰਾਂਗੀ। ਤੁਸੀਂ ਮਾਵਾਂ ਵਾਂਗ ਪਿਆਰ ਕਰਦੇ ਫਿਰ? ਹਾਂਜੀ, ਬਹੁਤ ਪਿਆਰ ਕਰਦੀ ਹਾਂ ਮੈਂ, ਮੈਂ ਆਪਣਾ ਵੱਡਾ ਬੇਟਾ ਸਮਝਿਆ ਹੈ। ਜਦੋਂ ਇਹਦਾ ਘਰ ਬਣਦਾ ਹੈ, ਇਹਦੇ ਮਾਮਾ ਜੀ ਨੇ ਰਿਸ਼ਤਾ ਕਰਾਇਆ ਹੈ, ਕਹਿੰਦੇ ਵੀ ਕੁੜੀ ਵੇਖਣ ਜਾਣਾ ਹੈ, ਅਤੇ ਮੈਂ ਚਲੋ ਚੱਲ ਚੱਲਦੇ ਹਾਂ। ਫਿਰ ਮੈਨੂੰ ਕੁੜੀ ਸੋਹਣੀ ਲੱਗਦੀ ਹੈ, ਕੁੜੀ ਸੋਹਣੀ ਲੱਗਦੀ ਹੈ। ਜਦੋਂ ਮਤਲਬ ਵੀ ਇਹਦਾ ਮਾਮਾ ਜੀ ਰਿਸ਼ਤਾ ਕਰਾਉਂਦੇ ਹੈ ਨਾ, ਅਤੇ ਕਹਿੰਦੇ ਆ ਵੀ ਇਸ ਤਰ੍ਹਾਂ ਚੰਦ ਦੀ ਗੱਲ ਚੱਲਣ ਡਈ ਹੈ ਅਤੇ ਆਪਾਂ ਰਿਸ਼ਤਾ ਕਰਨਾ ਆ, ਅਤੇ ਭੈਣ ਜੀ ਤੁਸੀਂ ਨਾਲ ਚੱਲਿਓ, ਤੁਸੀਂ ਮਾਂ ਪਿਓ ਬਣੇ, ਜੇ ਤੁਹਾਡੇ ਤੋਂ ਬਗੈਰ ਅਸੀਂ ਕੋਈ ਕਦਮ ਨਹੀਂ ਚੁੱਕਣਾ। ਮੈਂ ਕਿਹਾ ਠੀਕ ਹੈ, ਮੈਂ ਜਾਂਦੀ ਹਾਂ, ਮੇਰੀ ਲੜਕੀ ਜਾਂਦੀ ਹੈ, ਇਹਦੇ ਡੈਡੀ ਗਏ ਨਾਲ ਦੇਖੀਏ। ਮੈਂ ਕਿਹਾ ਠੀਕ ਹੈ, ਜਿਸ ਤਰ੍ਹਾਂ ਦੀ ਉਹ ਧੀ ਉਸ ਤਰ੍ਹਾਂ ਦੀ ਇਹ ਹੈ। ਕਹਿੰਦੇ ਚਲੋ ਮੰਮੀ ਪਸੰਦ ਹੈ, ਮੈਂ ਹਾਂ ਪੁੱਤ ਪਸੰਦ ਹੈ, ਧੀਆਂ ਵੀ ਕਦੀ ਮਾੜੀਆਂ ਹੋਈਆਂ ਹੈ, ਚਲੋ ਇਹਦੇ ਵੀ ਪਸੰਦ ਆ ਗਈ। ਫਿਰ ਰੋਕਾ ਕੀਤਾ ਸੀ, ਮੈਂ ਉਹਨੂੰ ਇਹ ਫਿਰ ਇਹ ਕਿਹਾ, ਮੈਂ ਕਿਹਾ ਪੁੱਤ ਦੇਖ ਤੈਨੂੰ ਮੈਂ ਨੌਂ ਨਹੀਂ ਬਣਾ ਕੇ ਖੜਨਾ, ਤੈਨੂੰ ਮੈਂ ਧੀ ਬਣਾ ਕੇ ਖੜਨਾ ਹੈ। ਫਿਰ ਗੱਲ ਲਾ ਕੇ ਕਹਿੰਦੀ ਠੀਕ ਹੈ ਮੰਮੀ, ਮੈਂ ਧੀ ਬਣ ਕੇ ਰਵਾਂਗੀ। ਡਿੱਕੇ ਆਪਾਂ ਇੱਕ ਤਰ੍ਹਾਂ ਰੋਕਾ ਕਰਕੇ ਘਰ ਆਉਂਦੇ ਹਾਂ। ਫਿਰ ਇਹਨੂੰ ਮੈਂ ਪੁੱਛਿਆ, ਮੈਂ ਕਿਹਾ ਚਾਹੁੰਦੀ ਠੀਕ ਹੈ ਨਾ? ਕਹਿੰਦਾ ਹਾਂ ਮੰਮੀ ਠੀਕ ਹੈ, ਜੋ ਕੁਝ ਕਰ ਰਹੇ ਠੀਕ ਹੈ। ਮੈਰਿਜ ਫਿਰ ਕੀਤੀ ਸੀ, ਮਤਲਬ ਵੀ ਸਾਲ ਕੁ ਮੈਂ 6 ਮਹੀਨੇ 7 ਮਹੀਨੇ ਮੰਗਿਆ ਰਿਹਾ ਸੀ, ਅਤੇ ਬਾਅਦ 'ਚ ਉਹਦੇ ਮੰਮੀ ਕਹਿੰਦੇ ਵੀ ਨਹੀਂ ਜਦੋਂ ਕਮਰਾ ਸੀ ਇਕੱਲਾ, ਤਾਂ ਮੈਂ ਫਿਰ ਗਾੜੀ ਛੱਤ ਪਾ ਕੇ ਫੇਰ ਕਰਾਂਗੇ, ਨੌਂ ਧੀ ਲਿਆਉਣੀ ਹੈ, ਫਿਰ ਝਾਤੀ ਵੱਜੇਗੀ। ਅਤੇ ਕਹਿੰਦੇ ਚਲੋ ਠੀਕ ਹੈ। ਫਿਰ ਥੋੜ੍ਹਾ ਕੁ ਚਿਰ ਹਟ ਕੇ ਫਿਰ ਅਸੀਂ ਗਾੜੀ ਲੈਂਟਰ ਪਾਇਆ, ਫਿਰ ਇਹਦੇ ਸਾਰੇ ਵੈਰਿੰਗ ਵੁਰਿੰਗ ਕਰਾ ਕੇ ਹਰ ਇੱਕ ਚੀਜ਼ ਬਣਾ ਕੇ ਫਿਰ ਇਹਦਾ ਵਿਆਹ ਕੀਤਾ ਸੀ। ਹਾਂਜੀ, ਬਹੁਤ ਵਧੀਆ ਸੀ, ਸਾਰਾ ਕੁਛ ਕੀਤਾ, ਸਾਰੇ ਸਗਨ ਵਿਹਾਰ ਕੀਤੇ, ਕਿਸੇ ਚੀਜ਼ ਦੀ ਇਹਨੂੰ ਮਹਿਸੂਸ ਨਹੀਂ ਹੋਣ ਦਿੱਤਾ ਵੀ ਪੁੱਤ ਇਹ ਨਾ ਸੋਚੀ ਵੀ ਮੇਰਾ ਅੱਜ ਮਾਂ ਪਿਓ ਹੁੰਦਾ ਅਤੇ ਮੇਰਾ ਯਾਰ ਸਗਨ ਵਿਹਾਰ ਕਰਦਾ। ਸਾਰੇ ਜੋ ਸਗਨ ਵਿਹਾਰ ਜਾਗੋ ਸਾਰੇ ਕੱਢੀ, ਵਿਆਹ ਕੀਤਾ,
ਸ਼ਗਨ ਲਾਇਆ, ਬਰਾਤ ਖੇੜੀ, ਬਹੁਤ ਸੋਹਣਾ ਕੀਤਾ ਵਿਆਹ, ਹੱਸਦੇ ਖੇਡਦੇ ਘਰ ਆਏ। ਕੋਈ ਮਤਲਬ ਮਹਿਸੂਸ ਨਹੀਂ ਹੋਇਆ ਵੀ ਮੇਰਾ ਮਾਂ ਪਿਓ ਨਹੀਂ ਹੈਗਾ, ਵੀ ਵਿਆਹ ਮੇਰਾ ਸਾਰੇ ਕਹਿਣ ਬਹੁਤ ਸੋਹਣਾ ਕੀਤਾ ਹੈ। ਜੋ ਵੀ ਕੀਤਾ, ਜਿੱਥੇ ਮਾਂ ਪਿਓ ਦੀ ਲੋੜ ਹੁੰਦੀ ਉੱਥੇ ਸ਼ਗਨ ਵਿਹਾਰ ਤੁਸੀਂ ਸਾਰੇ ਕਰਦੇ? ਹਾਂਜੀ, ਹਾਂਜੀ ਮੈਂ ਕੀਤੇ ਸੀ, ਪਾਣੀ ਵੀ ਮੈਂ ਵਾਰਿਆ ਸੀ, ਸਾਰੇ ਸ਼ਗਨ ਵਿਹਾਰ, ਫਿਰ ਇਹਦੀ ਸਿਸਟਰ ਸੀ ਉਹ ਵੀ ਸੀ, ਮਾਸੀ ਵੀ ਸੀ, ਜਿੰਨੇ ਨੂੰ ਮਤਲਬ ਵੀ ਮਾਂ ਨਾਲੋਂ ਵੱਧ ਕੇ ਪਿਆਰ ਦਿੱਤਾ ਸੀ, ਸਾਥ ਦਿੰਦੇ ਸੀ, ਫਿਰ ਉਹ ਵੀ ਨਾਲ ਸੀ, ਸਾਰਿਆਂ ਨੇ ਰਲ ਕੇ ਸ਼ਗਨ ਵਿਹਾਰ ਕੀਤੇ। ਅਤੇ ਫਿਰ ਇੱਕ ਮੈਂ ਕਿ ਉਹਨਾਂ ਨੇ ਕਿਹਾ ਵੀ ਪਾਣੀ ਵਾਰ ਕੇ ਮੈਂ ਪੀਣਾ ਆ, ਵੀ ਮੇਰਾ ਪੋਤ ਆ ਅਤੇ ਮੈਂ ਕਰਨਾ ਹੈ, ਬਾਕੀ ਜੋ ਤੁਸੀਂ ਸ਼ਗਨ ਵਿਹਾਰ ਕਰਨੇ ਤੁਸੀਂ ਆਪਣੇ ਕਰੋ। ਕਹਿੰਦੇ ਠੀਕ ਹੈ। ਅੱਛਾ, ਜਦੋਂ ਤੁਸੀਂ ਨੂੰਹ ਵਿਆਹ ਕੇ ਲਿਆਉਂਦੇ ਹੈ ਨਾ, ਤੁਸੀਂ ਪੁੱਤ ਮੰਨਦੇ ਹੋ ਵੱਡਾ, ਅਤੇ ਪਹਿਲੀ ਨੂੰਹ ਤੁਹਾਡੇ ਘਰ ਆਉਂਦੀ ਹੈ, ਫਿਰ ਕਿੱਦਾਂ ਦਾ ਮਾਹੌਲ ਹੁੰਦਾ ਘਰ ਦੇ ਵਿੱਚ? ਬਹੁਤ ਵਧੀਆ ਜੀ। ਕਿਵੇਂ ਦਾ ਰਿਸ਼ਤਾ ਹੁੰਦਾ ਤੁਹਾਡਾ ਦੋਨਾਂ? ਬਹੁਤ ਜੀ ਵਧੀਆ ਹੁੰਦਾ, ਮਤਲਬ ਵੀ ਨੂੰਹ ਸੱਸ ਦਾ ਨਹੀਂ ਹੈਗਾ, ਮਾਵਾਂ ਧੀਆਂ ਵਾਲਾ ਰਿਸ਼ਤਾ ਸੀ। ਬਹੁਤ ਚੰਗਾ ਸੁਭਾਅ ਸੀ, ਇਸ ਤਰ੍ਹਾਂ ਕਰਦੀ ਹੁੰਦੀ ਸੀ ਜਿਸ ਤਰ੍ਹਾਂ ਮੈਂ ਉਹਨੂੰ ਮਤਲਬ ਵੀ ਪਤਾ ਨਹੀਂ ਕਦੋਂ ਕਦੀ ਜਾਣਦੀ ਹੈ। ਅੱਛਾ, ਇੰਨਾ ਕਰਦੀ ਹੁੰਦੀ ਸੀ, ਕਿਤੇ ਵੀ ਜਾਣਾ, ਮੰਮੀ ਮੈਂ ਫਲਾਣੀ ਜਗ੍ਹਾ ਹੋ ਚੱਲੇ ਹਾਂ, ਮੈਂ ਕਹਿੰਦਾ ਠੀਕ ਹੈ ਪੁੱਤ ਜਾਓ। ਮੈਂ ਤੁਹਾਨੂੰ ਦੱਸਣ ਤਾਂ ਡਈ ਵੀ ਉਹਨੇ ਨੂੰਹਾਂ ਵਾਲਾ ਕੋਈ ਮੇਰੇ ਨਾਲ ਕੀਤਾ ਹੀ ਨਹੀਂ ਸੀ, ਤਦੇ ਮੈਂ ਹੁਣ ਤੱਕ ਉਹਨੂੰ ਯਾਦ ਕਰਕੇ ਰੋਂਦੀ ਹਾਂ ਵੀ ਪੁੱਤ ਤੈਨੂੰ ਮੈਂ ਧੀ ਬਣਾ ਕੇ ਲਿਆ, ਤੂੰ ਸਾਥ ਦੇ ਨਿਭਾਉਂਦੀ ਹਾਂ, ਤੇਰਾ ਵੇਖ ਮੈਂ ਘਰ ਬੂਆ ਬਣਾਇਆ, ਤੁਸੀਂ ਆਪਣੇ ਘਰ ਵੱਸਦੇ ਰੱਸਦੇ ਸੀ, ਹੁਣ ਜਦੋਂ ਇਸ ਤਰ੍ਹਾਂ ਹੁੰਦੀ ਹੈ ਕੋਈ ਗੱਲ ਹੁੰਦੀ ਹੈ ਤਾਂ ਕਿੰਨਾ ਮਨ 'ਤੇ ਬੋਝ ਹੁੰਦਾ ਹੈ। ਅੱਛਾ, ਕਦੋਂ ਮੈਰਿਜ ਹੁੰਦੀ ਤੁਹਾਡੀ? ਮੇਰੀ ਜਨਵਰੀ ਵਿੱਚ, ਹਾਂਜੀ 2022 'ਚ ਮੈਰਿਜ ਹੁੰਦੀ ਹੈ। ਅਤੇ ਫਿਰ ਚਲੋ ਵਧੀਆ ਟਾਈਮ ਵੀ ਹੈ, ਮੈਨੂੰ ਜੀਵਨ ਸਾਥੀ ਇੰਨਾ ਵਧੀਆ ਮਿਲਿਆ, ਪਿੱਛੋਂ ਉਹਨਾਂ ਦੀ ਮੰਮੀ ਡੈਡੀ ਸੱਸ ਸਹੁਰਾ ਜਿਹਨੂੰ ਕਹਿੰਦੇ ਆ, ਚਲੋ ਮਾਂ ਪਿਓ ਹੀ ਹੈ, ਬਹੁਤ ਵਧੀਆ ਮਿਲੇ ਆ ਮੈਨੂੰ, ਸਹੁਰਾ ਪਰਿਵਾਰ ਵੀ ਇੰਨਾ ਚੰਗਾ, ਮਤਲਬ ਕਿ ਸਭ ਕੁਝ ਚੰਗਾ ਹੀ ਹੋ ਰਿਹਾ ਸੀ। ਅਤੇ ਅੱਗੋਂ ਜਦੋਂ ਮੈਨੂੰ ਜੀਵਨ ਸਾਥੀ ਮਿਲਿਆ, ਉਹਨੂੰ ਮੈਂ ਦੱਸਿਆ ਆਪਣਾ ਬਚਪਨ, ਦੱਸਿਆ ਜਵਾਨੀ, ਦੱਸੀ ਆ ਵੀ ਇੱਦਾਂ ਇੱਦਾਂ, ਉਹਨੇ ਕਿਹਾ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਖਲੋਵਾਂਗੀ, ਵੀ ਜਿੱਦਾਂ ਤੁਸੀਂ ਵਿਆਹ ਕੀਤਾ ਚਲੋ ਥੋੜ੍ਹਾ ਬਹੁਤਾ ਹੁੰਦਾ ਪੈਸਾ ਅੰਦਰ ਬਾਹਰ ਦੇਣ ਵਾਲਾ, ਅਤੇ 15 ਦਿਨ ਹੋਏ ਵਿਆਹ ਨੂੰ, ਉਸ ਤੋਂ ਬਾਅਦ ਕਹਿੰਦੀ ਮੈਂ ਜੋਬ ਕਰਾਂਗੀ, ਮੈਂ ਤੁਹਾਡਾ ਸਾਥ ਦੇਵਾਂਗੀ। ਹਾਂਜੀ, 15-20 ਦਿਨਾਂ ਬਾਅਦ ਹੀ ਉਹ ਜਿੱਥੇ ਪਹਿਲਾਂ ਜੋਬ ਕਰਦੀ ਸੀ ਉੱਥੇ ਹੀ ਚਲੀ ਗਈ, ਮੈਂ ਕਹਿੰਦੀ ਜੋਬ ਕਰਾਂਗੀ, ਉਹ ਜੋਬ 'ਤੇ ਜਾਣ ਲੱਗ ਗਈ। ਮੈਂ 2 ਮਹੀਨੇ ਜੋਬ ਕੀਤੀ, ਮਤਲਬ ਕਿ ਪੂਰਾ ਮੇਰੇ ਨਾਲ ਡੱਟ ਕੇ, ਮਤਲਬ ਕਿ ਕਹਿੰਦੀ ਮੁਕਾਬਲਾ ਤੁਹਾਡਾ ਕਮਾਵਾਂਗੀ, ਤੁਹਾਡਾ ਮੈਂ ਸਾਥ ਦੇਵਾਂਗੀ। ਅਤੇ ਜੋਬ ਕੀਤੀ, 2 ਮਹੀਨੇ ਜੋਬ ਕੀਤੀ ਉਹਨੇ, ਉਸ ਤੋਂ ਬਾਅਦ ਐਸੀ ਕੋਈ ਨਜ਼ਰ ਲੱਗੀ ਹੈ ਜਿਹਨੂੰ ਕਹਿ ਦਿੰਦੇ ਹਾਂ ਵੀ, 2 ਮਹੀਨੇ ਜੋਬ ਕਰਨ ਤੋਂ ਬਾਅਦ ਬਿਮਾਰ ਹੋ ਗਈ, ਉਸ ਮਤਲਬ ਕਿ ਉਹਦਾ ਟਾਈਫਾਇਡ ਹੋ ਗਿਆ ਉਹਨੂੰ, ਅਤੇ ਪੇਟ 'ਚ ਸਵਾਇਲਿੰਗ ਜੀ ਥੋੜ੍ਹੀ ਜਿਹੀ ਹੋ ਗਈ ਹੈ। ਅਤੇ ਫਿਰ ਮਤਲਬ ਕਿ ਜਿਹੜੀ ਪਾਮ ਕਰਨ ਲੱਗੀਆਂ, ਉਸ ਤੋਂ ਬਾਅਦ ਨਾ ਜਦੋਂ ਬਿਮਾਰ ਹੋਈ ਨਾ, ਫਿਰ ਕਦੀ ਟਾਈਫਾਇਡ ਹੋ ਗਿਆ, ਕਦੀ ਕੁਛ ਹੋ ਗਿਆ, ਕਦੀ ਕੁਛ ਹੋ ਗਿਆ, ਉਸ ਤੋਂ ਬਾਅਦ ਉਹ ਸਹੀ ਨਹੀਂ ਹੋਈ, ਐਸੀ ਕਿਸੇ ਦੀ ਨਜ਼ਰ ਲੱਗੀ ਹੈ ਉਹਨੂੰ, ਮਤਲਬ ਕਿ ਕਦੀ ਕੁਛ ਹੋ ਗਿਆ, ਕਦੀ ਕੁਛ ਹੋ ਗਿਆ, ਮਤਲਬ ਕਿ ਮਹੀਨੇ ਬਾਅਦ ਇੱਕ ਚੀਜ਼ ਖਤਮ ਹੁੰਦੀ ਸੀ ਦੂਜੀ ਹੋ ਜਾਂਦੀ ਸੀ, ਪਤਾ ਨਹੀਂ ਕੀ ਐਸਾ ਹੋ ਗਿਆ ਸੀ, ਵੀ ਰੱਬ ਨੇ ਕੀ ਸੋਚਿਆ ਸਾਡੇ ਬਾਰੇ, ਇੰਨੀ ਵਧੀਆ ਲਾਈਫ ਚੱਲਣ ਲੱਗੀ ਸੀ, 2 ਮਹੀਨੇ ਸੀ, ਮਤਲਬ ਕਿ ਸਹੀ ਲਾਈਫ ਕੱਢੀ ਹੈ। ਉਸ ਤੋਂ ਬਾਅਦ ਬਿਮਾਰ ਹੋਣੀ ਸ਼ੁਰੂ ਹੋ ਗਈ, ਕਦੀ ਕੁਝ ਹੋ ਗਿਆ, ਕਦੀ ਕੁਝ ਹੋ ਗਿਆ, ਅਤੇ ਫਿਰ ਚਲੋ ਫਿਰ ਮਤਲਬ ਕਿ ਠੀਕ ਹੋ ਗਈ ਹੈ, ਚਲੋ ਪਤਾ ਲੱਗਾ ਬਈ ਉਹ ਮਾਂ ਬਣਨ ਵਾਲੀ ਹੈ, ਮੈਂ ਪਿਓ ਬਣਨ ਵਾਲਾ, ਫਿਰ ਖੁਸ਼ੀ ਦਾ ਮਾਹੌਲ ਆਇਆ, ਅਤੇ ਚਲੋ ਖੁਸ਼ੀ ਦਾ ਮਾਹੌਲ ਆਇਆ, ਫਿਰ 2 ਕੁ ਮਹੀਨੇ ਬਿਲਕੁਲ ਠੀਕ ਰਹੀ ਹੈ। ਅਤੇ ਉਸ ਤੋਂ ਬਾਅਦ 3 ਮਹੀਨੇ ਉਹਨੂੰ ਖਾਂਸੀ ਜੀ ਥੋੜ੍ਹੀ ਹੋਈ ਹੈ, ਹਾਂਜੀ ਖਾਂਸੀ ਜੀ ਹੋਣ ਲੱਗ ਗਈ ਆ, ਅਤੇ ਬਾਅਦ ਚੋਂ ਗਿਲਟੀਆਂ ਜੀ ਬਣ ਗਈਆਂ ਗਲੇ 'ਚ, ਮਤਲਬ ਕਿ ਬਿਮਾਰ ਹੋ ਗਈ, ਖਾਧਾ ਪੀਤਾ ਨਹੀਂ ਸੀ ਜਾਂਦਾ ਦੇਖੋ, ਅਤੇ ਦੋ ਬੜਾ ਹੀ ਇਲਾਜ ਕਰਾਇਆ, ਇੱਧਰ ਜਾ ਉੱਧਰ ਜਾ, ਭਾਵੇਂ ਦੌੜ ਕੀਤੀ ਹੈ, ਅਤੇ 3-4 ਮਹੀਨੇ ਫਿਰ ਉਹਨੇ ਦੌੜਦੇ ਰਹੇ। ਜਦੋਂ ਮਤਲਬ ਕਿ 7ਵਾਂ ਮਹੀਨਾ ਹੋ ਗਿਆ ਲੱਗ ਗਿਆ, ਅਤੇ ਸਾਨੂੰ ਸਾਰੇ ਕਹਿਣ ਲੱਗੇ ਵੀ ਬੇਬੀ ਦਾ ਦਾਦਾ ਬੇਬੀ ਤੁਹਾਡਾ ਠੀਕ ਨਹੀਂ ਹੈ ਅੰਦਰ, ਕਿਉਂਕਿ ਕੁਛ ਖਾਂਦੀ ਪੀਂਦੀ ਨਹੀਂ ਸੀ ਹੈ।
ਅਤੇ ਬੇਬੀ ਤੁਹਾਡਾ ਨਹੀਂ ਬਚ ਸਕਦਾ, ਅੰਦਰ ਬੇਬੀ ਦਾ ਪਾਣੀ ਵੀ, ਹਾਂਜੀ ਡਾਕਟਰ ਕਹਿੰਦੇ ਆ। ਅਤੇ ਉਸ ਤੋਂ ਬਾਅਦ ਜਦੋਂ ਡਾਕਟਰ ਨੇ ਕਿਹਾ ਬੱਚੇ ਦਾ ਪਾਣੀ ਬਿਲਕੁਲ ਖਤਮ ਹੋ ਗਿਆ, ਬੱਚੇ ਦੇ ਚਾਂਸ ਬਹੁਤ ਘੱਟ ਆ ਬਚਣ ਦੇ, ਅਗਲੇ ਦਿਨ ਅਸੀਂ ਅਲਟਰਾਸਾਊਂਡ ਲੈਵਲ 2 ਕਰਾਉਣ ਗਏ ਹਾਂ, ਅਤੇ ਉਹਦੇ ਵਿੱਚ ਹੋਰ ਵੀ ਟੈਸਟ ਲਿਖੇ ਸੀ। ਉਹ ਸਾਰਾ ਦਿਨ ਮਤਲਬ ਕਿ ਪੂਰੀ ਦਿਹਾੜੀ ਵਿੱਚ ਉਹ ਹੋਏ ਆ ਟੈਸਟ, ਟੈਸਟ ਕਰਾ ਕੇ ਆਏ ਹਾਂ, ਬਚ ਗਿਆ ਬੱਚੇ ਦੇ ਵਿੱਚ ਸਵਾਕ ਹੈਗਾ ਜੀ, ਵੀ ਬੱਚਾ ਤੁਹਾਡਾ ਸਹੀ ਨਹੀਂ ਹੈ ਅਤੇ ਬਚ ਨਹੀਂ ਸਕਦਾ। ਅਤੇ ਅਸੀਂ ਚਲੋ ਰੋਂਦੇ ਧੋਂਦੇ ਕਿਹਾ ਚਲੋ ਕੋਈ ਗੱਲ ਨਹੀਂ, ਹੁਣ ਕੀ ਕਰੀਏ, ਬੱਚਾ ਨਹੀਂ ਬਚ ਸਕਦਾ, ਤੁਹਾਡੀ ਮੇਰਾ ਜੀਵਨ ਸਾਥੀ ਤਾਂ ਬਚਾਓ ਜਿੰਨਾ ਮੈਂ ਲਾਈਫ ਬਿਤਾਉਣੀ ਹੈ। ਅਤੇ ਉਹਨਾਂ ਨੇ ਕਿਹਾ ਸੀ ਵੀ ਪ੍ਰੈਗਨੈਂਸੀ ਵਿੱਚ ਪਹਿਲਾਂ ਕਹਿੰਦੇ ਐਕਸਟਰਾ ਹੋ ਨਹੀਂ ਸਕਦਾ, ਅਤੇ ਫਿਰ ਅਸੀਂ ਕਿਹਾ ਚਲੋ ਚਲੋ ਹੁਣ ਬਚਦਾ ਹੀ ਨਹੀਂ ਹੈ, ਬੱਚਾ ਤੁਸੀਂ ਐਕਸਟਰਾ ਵੀ ਕਰ ਦਿਉ। ਉਹਨਾਂ ਨੇ ਐਕਸਟਰਾ ਕਰ ਦਿੱਤਾ, ਅਸੀਂ ਉੱਥੇ ਮੈਨੂੰ ਮਨ ਵਿੱਚ ਮੈਂ ਰੋਂਦਾ ਰਿਹਾ ਵੀ ਚਲੋ ਜਿੱਥੇ ਐਕਸਟਰਾ ਕਰ ਦਿੱਤਾ ਮੇਰਾ ਬੱਚਾ ਹੁਣ ਸਮਝ ਗਿਆ, ਮੈਂ ਤਾਂ ਇਹੀ ਸਮਝਿਆ ਹੀ ਗਿਆ। ਅਤੇ 3-4 ਦਿਨ ਹੋਸਪਿਟਲ ਰਹੀ ਆ, ਅਤੇ ਮੈਡੀਸਿਨ ਚੱਲਦੀ ਰਹੀ ਆ, ਡ੍ਰਿੱਪਾਂ ਲੱਗਦੀਆਂ ਰਹੀਆਂ, ਮਤਲਬ ਕਿ ਥੋੜ੍ਹਾ ਠੀਕ ਹੋ ਗਈ। ਫਿਰ ਹੋਸਪਿਟਲ ਵਾਲਿਆਂ ਨੇ ਕਿਹਾ ਤੁਸੀਂ ਨਾ ਹਫ਼ਤੇ ਬਾਅਦ ਆਇਓ, ਇਹ ਤੁਹਾਡਾ ਬੱਚਾ ਜਿਹੜਾ ਡਿਲੀਵਰ ਕਰ ਦਾਂਗੇ, ਜਿਹੜਾ ਡੈੱਡ ਵੀ ਹੋ ਜਾਏਗਾ ਪਰ ਬਚੇਗਾ ਨਹੀਂ, ਅਤੇ ਹਫ਼ਤੇ ਬਾਅਦ ਆਇਓ। ਅਸੀਂ ਫਿਰ ਮੇਰੇ ਮਨ 'ਤੇ ਆਵਾਜ਼ ਆਈ, ਮੈਨੂੰ ਦੀਪਕ ਰਾਮ ਇਹਨਾਂ ਨੇ ਕਿਹਾ ਚਲ ਕੋਈ ਗੱਲ ਨਹੀਂ, ਅਸੀਂ ਨਾ ਸ਼ਹੀਦਾਂ ਸਾਹਿਬ ਚੱਲਦੇ ਹਾਂ ਸਵੇਰੇ ਸਵੇਰੇ, ਅਸੀਂ ਗਏ ਅਰਦਾਸ ਕੀਤੀ ਆ ਜਾ ਕੇ, ਅਤੇ ਉਹੀ ਮਤਲਬ ਕਿ ਉਹ ਮੈਡਮ ਨੇ ਕਿਹਾ ਬਈ ਅਸੀਂ ਮੈਂ ਅੱਜ ਕੇਸ ਨਹੀਂ ਕਰਨਾ ਹੋਸਪਿਟਲ ਵਾਲੀ ਨੇ, ਤਾਂ ਹਫ਼ਤੇ ਬਾਅਦ ਹੀ ਕਰਾਂਗੀ ਮੈਂ, ਅੱਜ ਮੈਂ ਕਰਨਾ ਹੀ ਨਹੀਂ ਕਿਸੇ ਤਰੀਕੇ ਵੀ, ਹਜੇ ਕੇਸ 'ਤੇ ਕਾਬਿਲ ਨਹੀਂ ਗੀ। ਅਤੇ ਇੱਦਾਂ ਹੋ ਜਾਂਦੀ, ਅਸੀਂ ਘਰ ਆ ਜਾਂਦੇ ਹਾਂ, ਫਿਰ ਮੇਰੇ ਮਨ 'ਚ ਦਿਮਾਗ 'ਚ ਘੁੰਡੀ ਘੁੰਮਦੀ ਹੈ ਮੈਂ ਕਿੱਥੇ ਹੋਰ ਜਾ ਕੇ ਵੇਖਾਂ ਹੋਸਪਿਟਲ। ਮੈਂ ਉਹਨਾਂ ਨੂੰ ਕਿਹਾ ਹੋਸਪਿਟਲ ਜਾ ਕੇ, ਮੈਂ ਕਿਹਾ ਇੱਦਾਂ ਇੱਦਾਂ ਮੇਰੇ ਬੱਚੇ ਦਾ, ਕਹਿੰਦੇ ਪਾਣੀ ਮੁੱਕ ਗਿਆ, ਗਰੋਥ ਨਹੀਂ ਵੱਧ ਸਕਦੀ ਹੈ, ਤੁਸੀਂ ਇਹਦਾ ਪਾਣੀ ਵਧਾ ਕੇ ਵੇਖੋ, ਜੋ ਵੱਧਦਾ ਘੱਟ ਹੈਗਾ ਖਰਚਾ ਹੈਗਾ, ਬਚਦਾ ਨਾ ਬਚਦਾ ਮੈਂ ਕਿਹਾ ਮੇਰਾ। ਅਤੇ ਉਹਨਾਂ ਨੇ ਇੱਦਾਂ ਚਲੋ ਕਹਿੰਦੇ ਟ੍ਰੀਟਮੈਂਟ ਕਰਦੇ ਆ, ਉਹਨਾਂ ਨੇ ਪਾਣੀ ਤੁਹਾਡਾ ਮਤਲਬ ਕਿ ਵਧਾਇਆ ਬੱਚੇ ਦਾ, ਅਤੇ ਬੱਚੇ ਦਾ ਪਾਣੀ, ਬੱਚੇ ਦੀ ਗਰੋਥ ਵੀ ਵਧਣੀ ਸ਼ੁਰੂ ਹੋ ਗਈ ਹੈ, ਅਤੇ ਪਾਣੀ ਵੀ ਪੂਰਾ ਹੋ ਗਿਆ। ਫਿਰ ਅਸੀਂ ਦੁਬਾਰਾ ਉਹ ਹੋਸਪਿਟਲ ਗਏ ਨੇ ਜਿਨ੍ਹਾਂ ਨੇ ਕਿਹਾ ਸੀ ਵੀ ਬੱਚਾ ਤੁਹਾਡਾ ਨਹੀਂ ਬਚਦਾ, ਅਤੇ ਉਹ ਵੀ ਠੀਕ ਹੋ ਗਈ ਹੈ ਬਿਲਕੁਲ, ਉਹ ਵੀ ਹਾਂਜੀ ਦੋਵੇਂ ਠੀਕ ਹੋ ਗਏ। ਉਹ ਵੀ ਕਹਿੰਦੀ ਮੈਂ ਜਨਮ ਦੇਵਾਂਗੀ, ਕੋਈ ਨਾ ਕੋਈ ਟੈਨਸ਼ਨ ਨਾ ਲਓ, ਅੱਗੋਂ ਕਹਿੰਦੀ ਸੀ ਰੱਬ ਮੈਨੂੰ ਧੀ ਦੇਵੇ ਪਹਿਲੀ, ਸਾਡੀ ਦੋਵਾਂ ਦੀ ਹਾਂਜੀ, ਮੇਰੀ ਵੀ ਇਹੀ ਰਾਏ ਸੀ ਉਹਦੀ ਵੀ ਸਾਡੇ ਕੋਲ ਪਹਿਲਾਂ ਧੀ ਆਵੇ ਘਰ 'ਚ, ਅਤੇ ਅਸੀਂ ਬਹੁਤ ਖੁਸ਼ ਹਾਂ ਬਈ ਚਲੋ ਬੱਚਾ ਵੀ ਹੁਣ ਹੋ ਜਾਏਗਾ, ਚਲੋ ਡਿਲੀਵਰੀ ਹੋਈ ਹੈ 9 ਮਹੀਨਿਆਂ ਬਾਅਦ, ਅਤੇ ਬੇਬੀ ਹੋਇਆ ਸਾਡੇ ਕੋਲ, ਗੁੜੀਆ ਹੀ ਹੋਈ ਹੈ, ਰੱਬ ਨੇ ਸਾਡੀ ਸੁਣੀ ਹੈ, ਬੜਾ ਖੁਸ਼ ਬੜਾ ਪਰਿਵਾਰ ਸਾਰਾ ਖੁਸ਼, ਮਤਲਬ ਕਿ ਮੰਮੀ ਡੈਡੀ ਉੱਧਰੋਂ ਵੀ ਸੱਸ ਸਹੁਰਾ ਪਰਿਵਾਰ ਸਭ ਖੁਸ਼ ਹੈਗੇ ਆ। ਹਾਂਜੀ ਧੀ ਆਈ ਹੈ ਸਾਡੇ ਘਰ 'ਚ, ਕਿਸੇ ਨੂੰ ਵੀ ਨਹੀਂ ਸੀਗਾ ਕਿ ਪੁੱਤ ਆਵੇ ਪਹਿਲਾਂ, ਨਾ ਨਾ ਹਾਂਜੀ ਮੰਮੀ ਵੀ ਇਹੀ ਕਹਿੰਦੇ ਸੀ ਧੀ ਆ ਜਾਵੇ ਪੁੱਤ ਆ ਜਾਵੇ ਬਾਕੀ ਧੀ ਆ ਜਾਵੇ ਕਿਤੇ ਮਤਲਬ ਵਧੀਆ ਹੋ ਜਾਏਗਾ। ਅਤੇ ਫਿਰ ਅਸੀਂ ਧੀ ਨੂੰ ਲਕਸ਼ਮੀ ਲੈ ਕੇ ਆਏ ਹਾਂ ਘਰ 'ਚ ਢੋਲ ਢਮਾਕੇ ਨਾਲ, ਪੂਰੀ ਗਲੀ 'ਚ ਖੁਸ਼ੀ ਮਨਾਈ ਹੈ, ਅਸੀਂ ਘਰ ਬਾਰ ਸਜਾਇਆ ਆਪਣਾ, ਅਤੇ ਚਲੋ ਸਾਡੇ ਘਰ ਲਕਸ਼ਮੀ ਆਈ ਹੈ, ਜੋ ਅਸੀਂ ਮੰਗਿਆ ਸੀ ਸਾਨੂੰ ਮਿਲ ਗਿਆ, ਉਹ ਵੀ ਬਹੁਤ ਖੁਸ਼ ਸੀ। ਅਤੇ ਚਲੋ ਫਿਰ ਉਸ ਹਿਸਾਬ ਨਾਲ ਮਤਲਬ ਕਿ ਵਧੀਆ ਦਿਨ ਫਿਰ ਮਤਲਬ ਕਿ ਵਧੀਆ ਹੋ ਗਿਆ, ਵਿੱਚ ਚੱਲਣ ਲੱਗੇ ਆ, ਉਹ ਵੀ ਆਪਣੀ ਕੁੜੀ ਨਾਲ ਬਹੁਤ ਖੁਸ਼ ਸੀ, ਮੈਂ ਵੀ ਆਪਣਾ ਕੰਮ ਕਾਰ 'ਤੇ ਚਲੋ ਹੋ ਗਿਆ। ਫਿਰ ਉਹ 3-4 ਮਹੀਨਿਆਂ ਬਾਅਦ ਜਦੋਂ 4-5 ਮਹੀਨੇ ਦੀ ਹੋ ਜਾਂਦੀ ਫਿਰ ਬਿਮਾਰ ਹੋ ਜਾਂਦੀ ਹੈ, ਉਹਨੂੰ ਚੱਕਰ ਆਉਣੇ ਆ ਕਦੀ ਕਮਜ਼ੋਰੀ ਵੀਕਨੈਸ। ਅਤੇ ਇੱਕ ਦਿਨ ਟੈਸਟ ਕਰਾਇਆ, ਉਹਦਾ ਬਲੱਡ ਆਇਆ ਮਤਲਬ ਕਿ 4 ਗ੍ਰਾਮ, ਅਤੇ ਅਗਲੇ ਦਿਨ ਕਰਵਾ ਚੌਥ ਹੈਗਾ, ਅਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਇੱਦਾਂ ਦਾ ਬਲੱਡ ਤਾਂ ਘੱਟ ਹੈਗਾ, ਤੂੰ ਵਰਤ ਨਹੀਂ ਰੱਖਣਾ। ਅਤੇ ਕਹਿੰਦੀ ਨਹੀਂ ਰੱਖ ਲੈਂਦਾ, ਮੈਂ ਕਿਹਾ ਤੈਨੂੰ ਮੈਂ ਕਿਹਾ ਨਾ, ਮੈਂ ਗੁੱਸੇ 'ਚ ਗਿਆ, ਮੈਂ ਕਿਹਾ ਨਹੀਂ ਵਰਤ ਰੱਖਣਾ, ਵਰਤ ਜ਼ਰੂਰੀ ਚੜ੍ਹਨਾ, ਤੂੰ ਜ਼ਰੂਰੀ ਹੈ। ਹਾਂ, ਅਤੇ ਉਹਨੇ ਆਪਣੇ ਆਪ ਨੂੰ ਢਾਲ ਦਿੱਤਾ, ਮਤਲਬ ਕਿ ਪੈ ਗਏ ਲੰਮੇ ਤੋਂ ਵੀ ਮੈਂ ਵਰਤ ਨਹੀਂ ਰੱਖ ਸਕਦੀ, ਹਾਂ ਮੈਂ ਪਤਾ ਨਹੀਂ ਕਿੰਨੀ ਕੁ ਬਿਮਾਰ ਹੈਗੀ ਹੈ, ਮਤਲਬ ਮੈਂ ਵਰਤ ਵੀ ਨਹੀਂ ਰੱਖ ਸਕਦੀ। ਫਿਰ ਮੈਨੂੰ ਥੋੜ੍ਹਾ ਜਿਹਾ ਹਿੰਮਤ ਦਿੱਤੀ, ਮੈਂ ਕਿਹਾ ਚੱਲ ਕੋਈ ਨਹੀਂ ਤੂੰ ਵਰਤ ਰੱਖ ਲਾ, ਰੱਬ ਦੇ ਸਹਾਰੇ ਜਿੱਥੇ ਨਾ ਸਾਡਾ ਨਾ ਸਾਥ ਦਿੱਤਾ ਤੈਨੂੰ ਕੋਈ ਗੱਲ ਨਹੀਂ। ਅਤੇ ਉਹਨੇ ਹਿੰਮਤ ਕੀਤੀ ਹੈ, ਮਤਲਬ ਕਿ ਇੰਨੀ ਜੋਗੀ ਨਹੀਂ ਸੀ ਉਹ ਆਪਣੇ ਆਪ ਬਾਥ ਰੂਮ ਜਾਵੇ ਜਦੋਂ ਵਰਤ ਸੀ ਕਰਵਾ ਸਕਦਾ, ਪਰ ਉਹਨੇ ਹਿੰਮਤ ਕੀਤੀ ਹੈ, ਵਰਤ ਰੱਖ ਲਿਆ, ਅਤੇ ਸਾਰਾ ਦਿਨ ਵਰਤ ਬਹੁਤ ਵਧੀਆ ਲੰਘਿਆ ਰਹਾ, ਰਾਤ ਨੂੰ ਵੀ ਬਹੁਤ ਵਧੀਆ ਤਿਆਰ ਹੋਈ, ਤਿਆਰ ਹੋ ਕੇ ਐਵੇਂ ਲੱਗੇ ਜਿੱਦਾਂ ਹੈ ਬਿਮਾਰ ਹੈ ਹੀ ਨਹੀਂ।
ਅਤੇ ਵਰਤ ਵੀ ਲੰਘ ਗਿਆ, ਵਰਤ ਤੋਂ ਅਗਲੇ ਦਿਨ ਫਿਰ ਮੈਂ ਐਡਮਿਟ ਕਰਾਇਆ ਉਹਨੂੰ ਹੋਸਪਿਟਲ, ਖੂਨ ਪੂਰਾ ਹੋ ਗਿਆ ਉਹਦਾ, 13 ਗ੍ਰਾਮ ਖੂਨ ਹੋ ਗਿਆ। ਉਸ ਤੋਂ ਬਾਅਦ ਫਿਰ ਘਰ ਆਏ ਹਾਂ ਅਤੇ ਦਿਵਾਲੀ ਲੱਗ ਗਏ ਸੀ, ਦਿਵਾਲੀ ਦੇ ਅਸੀਂ ਮਤਲਬ ਕਿ ਤਿਆਰੀ ਕਰਨ ਲੱਗ ਗਏ, ਸਫਾਈ ਸਫੂਈ ਕੀਤੀ ਆ ਵੀ ਤਿਉਹਾਰ ਮਨਾਉਣਾ, ਬਹੁਤ ਵਧੀਆ ਉਹਨੇ ਇਸ ਵਾਰ ਤਿਉਹਾਰ ਮਨਾਇਆ, ਮੈਂ ਵੀ ਕਰਨਾ ਮੈਂ ਉਹ ਵੀ ਕਰਨਾ ਸਾਰਾ ਕੁਛ। ਅਤੇ ਸਗੋਂ ਮੈਨੂੰ ਥੋੜ੍ਹੀ ਜਿਹੀ ਦਿੱਕਤ ਆਈ ਪੈਸਿਆਂ ਦੀ, ਮੈਂ ਕਿਹਾ ਪ੍ਰੀਤੀ ਇੱਦਾਂ ਇੱਦਾਂ ਨਾ ਮਤਲਬ ਕਿ ਪੈਸੇ ਲੱਗਦਾ ਘੱਟ ਹੈਗੇ ਆ, ਅਤੇ ਨਹੀਂ ਉਹਨੂੰ ਵੀ ਇਹ ਦੇਣਾ ਉਹਨੂੰ ਵੀ ਇਹ ਕਰਨਾ ਸਾਰਾ ਕੁਛ ਕਰਨਾ। ਅਤੇ ਕਹਿੰਦੀ ਕੋਈ ਗੱਲ ਨਹੀਂ ਮੇਰੇ ਕੋਲ ਹੈਗੇ, ਹਰ ਗੱਲ 'ਚ ਸਾਥ ਦਿੰਦੇ ਸੀ, ਜਿੱਥੇ ਮੈਂ ਕਹਿੰਦਾ ਮੇਰੇ ਕੋਲ ਨਹੀਂ ਗਿਆ ਉਹਨੇ ਕੱਢ ਕੇ ਮੈਨੂੰ ਦੇ ਦੇਣੇ। ਅਤੇ ਕਹਿੰਦੀ ਲੈ ਫੜੋ ਮੇਰੇ ਹੱਥ 'ਚ 4-5 ਹਜ਼ਾਰ ਰੁਪਇਆ ਉਹਨੇ ਫੜਾ ਦਿੱਤਾ, ਕਹਿੰਦੀ ਕੋਈ ਨਹੀਂ ਅਸੀਂ ਦਿਵਾਲੀ ਦਾ ਤਿਉਹਾਰ ਮਨਾਉਣਾ। ਅਤੇ ਅਸੀਂ ਤਿਉਹਾਰ ਬਹੁਤ ਵਧੀਆ ਮਨਾਏ। ਉਸ ਤੋਂ ਬਾਅਦ ਫਿਰ ਦਿਵਾਲੀ ਦੇ 3-4 ਦਿਨਾਂ ਬਾਅਦ ਬਿਮਾਰ ਹੋ ਗਈ, ਫਿਰ ਚੱਕਰ ਚੁੱਕਰ ਆਉਂਦੇ ਉਹਨੇ ਸ਼ੁਰੂ ਹੋ ਗਏ, ਇੱਦਾਂ ਮਤਲਬ ਕਿ ਚੱਲਦਾ ਰਿਹਾ। ਫਿਰ ਚੈੱਕ, ਫਿਰ ਬਲੱਡ, ਫਿਰ ਚੈੱਕ ਕਰਾਇਆ, ਫਿਰ ਬਲੱਡ ਘੱਟ ਗਿਆ ਜੀ, ਫਿਰ 4 ਗ੍ਰਾਮ ਹੋ ਗਿਆ 13 ਗ੍ਰਾਮ ਤੋਂ 15 ਦਿਨਾਂ ਬਾਅਦ। ਫਿਰ ਅਸੀਂ ਹੋਸਪਿਟਲ ਐਡਮਿਟ ਕਰਾਇਆ ਅਤੇ ਫਿਰ ਮਤਲਬ ਕਿ ਬਲੱਡ ਚੜਾਇਆ, ਫਿਰ 13 ਗ੍ਰਾਮ ਹੋ ਗਿਆ ਕਰਵਾਇਆ। ਅਤੇ ਉਹਨਾਂ ਨੇ ਕਿਹਾ ਬੋਨ ਮੈਨੂੰ ਟੈਸਟ ਕਰਾਓ, ਟੈਸਟ ਕਰਵਾਇਆ, ਟੈਸਟ ਵਿੱਚ ਵੀ ਕੁਛ ਨਹੀਂ ਆਇਆ, ਕੋਈ ਖਾਸ ਰੀਜ਼ਨ ਨਹੀਂ ਆਇਆ। ਅਤੇ ਅਸੀਂ ਕਿਹਾ ਚਲੋ ਠੀਕ ਹੋਣਾ, ਮਰੀ ਨਹੀਂ ਕੁਛ ਆਇਆ, ਵੈਸੇ ਘੱਟ ਗਿਆ ਨਾ ਕਮਜ਼ੋਰੀ ਕਾਰਨ, ਖਾਂਦੀ ਪੀਂਦੀ ਘੱਟ ਹੀ ਹੈ। ਫਿਰ 5-6 ਦਿਨਾਂ ਬਾਅਦ ਫਿਰ ਉਹਨੂੰ ਮਤਲਬ ਕਿ ਚੱਕਰ ਆਉਣੇ ਸ਼ੁਰੂ ਹੋ ਗਏ, ਫਿਰ ਕਰਾਇਆ, ਫਿਰ ਮੈਂ ਕਿਹਾ 13 ਗ੍ਰਾਮ ਤੋਂ 7 ਗ੍ਰਾਮ ਖੂਨ ਹੋ ਗਿਆ ਇਹਦਾ। ਅਤੇ ਫਿਰ ਉਹਦੇ ਪੈਰਾਂ ਵਿੱਚ ਵੀ ਪੇਨ ਬੜੀ ਹੁੰਦੀ ਸੀ, ਪੈਰਾਂ ਵਿੱਚ ਇੰਨੀ ਕੁ ਪੇਨ ਹੁੰਦੀ, ਰੋਂਦੀ ਹੁੰਦੀ ਤੜਫਦੀ ਕਈ ਵਾਰੀ, ਤਾਂ ਆਪ ਮੈਨੂੰ ਰੋਂਦੀ ਰੋਂਦੀ ਕਹਿੰਦੀ ਹੁੰਦੀ ਸੀ ਬਈ ਮੈਨੂੰ ਮਰਵਾ ਦਿਉ, ਮੈਂ ਠੀਕ ਨਹੀਂ ਹੋਣਾ, ਬਈ ਮੈਂ ਇੰਨਾ ਮੇਰੇ ਕੋਲ ਦੁੱਖ ਨਹੀਂ ਝੇਲਿਆ ਜਾਂਦਾ, ਮੇਰੇ ਕੋਲ ਦਰਦਾਂ ਨਹੀਂ ਝੇਲੀ ਜਾਂਦੀਆਂ। ਅਤੇ ਰੋਂਦੀ ਹੁੰਦੀ ਸੀ, ਅਤੇ ਫਿਰ ਮੈਂ ਕਹਿਣਾ ਨਹੀਂ ਕੋਈ ਨਹੀਂ, ਹਿੰਮਤ ਰੱਖ, ਮੈਂ ਤੈਨੂੰ ਠੀਕ ਕਰਾਂਗਾ, ਭਾਵੇਂ ਜਿੱਦਾਂ ਮਰਜ਼ੀ ਘਰ ਬਾਰ ਵਿਕ ਜੇ, ਭਾਵੇਂ ਜੋ ਮਰਜ਼ੀ ਹੋਏ, ਮੈਂ ਤੈਨੂੰ ਠੀਕ ਕਰਾਂਗਾ। ਅਤੇ ਫਿਰ ਉਹਨੇ ਹਿੰਮਤ ਕਹਿੰਦੀ, ਬਹੁਤ ਦਰਦਾਂ ਸਹਿੰਦੀ ਹੁੰਦੀ ਸੀ। ਉਸ ਤੋਂ ਬਾਅਦ ਚਲੋ ਦਰਦ ਉਹਦੇ ਸਹੀ ਨਹੀਂ ਹੋਈ, ਮਤਲਬ ਕਿ 3ਵੀਂ ਵਾਰ ਫਿਰ ਬਲੱਡ ਚੜਾਇਆ ਸੀ। ਹਾਂਜੀ, ਅਤੇ ਮਤਲਬ ਕਿ ICU 'ਚ ਸੀ, ਬਲੱਡ ਚੜ੍ਹਾਉਣ ਤੋਂ ਬਾਅਦ ਮਤਲਬ ਕਿ ਉਹਦੇ ਸਾਹ ਥੋੜ੍ਹੇ ਜਿਹੇ ਔਖੇ ਹੋ ਗਏ, ICU 'ਚ ਸ਼ਿਫਟ ਕੀਤਾ ਉਹਨੂੰ, 2 ਦਿਨ ਵੈਂਟੀਲੇਟਰ 'ਤੇ ਰਹੀ ਹੈ। ਉਸ ਤੋਂ ਬਾਅਦ ਫਿਰ ਠੀਕ ਹੋ ਗਈ, ਫਿਰ ICU 'ਚੋਂ ਬਾਹਰ ਕੱਢਿਆ, ਅਤੇ ਸਾਡੇ ਨਾਲ ਬਿਲਕੁਲ ਮਤਲਬ ਕਿ ਖਾਂਦੀ ਪੀਂਦੀ ਰਹੀ ਉਸ ਦਿਨ, ਖਾਂਦੀ ਪੀਂਦੀ ਰਹੀ ਹੈ ਅਤੇ ਗੱਲਾਂ ਬਾਤਾਂ ਕੀਤੀਆਂ। ਅਤੇ ਅਚਾਨਕ ਸ਼ਾਮ ਨੂੰ ਆ ਕੇ ਮੈਨੂੰ ਕਹਿੰਦੀ, ਮੈਂ ਚਲੋ ਮੰਮੀ ਨੇ ਦਾਲ ਬਣਾਈ ਹੈ, ਦਾਲ ਲੈ ਕੇ ਆਓ ਘਰੋਂ, ਮੈਂ ਖਾਣੀ ਹੈ। ਅਤੇ ਮੈਂ ਦਾਲ ਖਵਾਈ ਹੈ ਸਾਰੀ। ਉਸ ਤੋਂ ਬਾਅਦ ਮੈਨੂੰ ਕਹਿੰਦੀ ਮਤਲਬ ਕਿ ਲੱਗਦਾ ਮੈਨੂੰ ਚੱਕਰ ਆਉਂਦੇ ਆ, ਮੈਨੂੰ ਕਹਿੰਦੇ ਡਾਕਟਰ ਨੂੰ ਬੁਲਾ ਕੇ ਲਿਆਓ। ਮੈਂ ਡਾਕਟਰ ਨੂੰ ਬੁਲਾਉਣ ਗਿਆ, ਡਾਕਟਰ ਕਹਿੰਦੇ ਆਉਂਦੇ ਆ, ਅਤੇ ਕਹਿੰਦੀ ਡਾਕਟਰ ਆਏ, ਕਹਿੰਦਾ ਮੈਂ ਠਾ ਦਿਓ ਉਹਨਾਂ ਦੇ, ਕਹਿੰਦਾ ਮੈਂ ਸੌਣ ਲੱਗੀ ਹਾਂ। ਅਤੇ ਸੌਣ ਲੱਗੀ ਹਾਂ, ਅਤੇ ਉਹ ਮਤਲਬ ਕਿ ਸੌਣ ਲੱਗੀ ਆ, ਮੈਂ 2 ਮਿੰਟ ਫੋਨ ਚਲਾਇਆ, ਗਿਣਤੀ ਦੇ 2 ਮਿੰਟ ਫੋਨ ਚਲਾ ਕੇ ਮੈਂ ਇੱਦਾਂ ਰੱਖਿਆ, ਅਤੇ ਮੈਂ ਦੇਖਿਆ ਅਤੇ ਇਹਦੀ ਅੱਖਾਂ 'ਚ ਪਾਣੀ ਆਉਂਦਾ ਪਿਆ, ਮੈਂ ਕਿਹਾ ਰੋਂਦੀ ਕਿਉਂ ਪਈ ਹਾਂ, ਰੋਂਦੀ ਕਿਉਂ ਪਈ ਹਾਂ, ਅਤੇ ਬੋਲੀ ਨਹੀਂ। ਫਿਰ ਮੈਂ ਖਾ ਪਾਈ ਹੈ, ਡਾਕਟਰ ਨੂੰ ਬੁਲਾਇਆ, ਭੈਣ ਭਰਾਵਾਂ ਨੂੰ ਬੁਲਾਇਆ, ਮੈਂ ਕਿਹਾ ਉਹ ਹੈ ਵੇਖੋ ਉਹਨੂੰ ਕੀ ਹੋਇਆ। ਡਾਕਟਰਾਂ ਨੇ ਮੈਂ ਪੇਟ ਵਗੈਰਾ ਨੱਪਿਆ, ਮਤਲਬ ਕਿ ਹੋਰ ਡਾਕਟਰ ਸਾਰੇ ਇਕੱਠੇ ਹੋਏ ਆ, ਫਿਰ ਉਹਨੂੰ ਵੈਂਟੀਲੇਟਰ ਲਾ ਤਾ, ICU 'ਚ ਫਿਰ ਦੁਬਾਰਾ ਲੈ ਗਏ ਉਹਨੂੰ, ICU 'ਚ ਲੈ ਗਏ ਆ। ਉਸ ਤੋਂ ਬਾਅਦ ਫਿਰ ਮੈਂ ਅੰਦਰ ਗਿਆ, ਮੈਂ ਤਾਂ ਹੱਥ ਪੈਰ ਮੇਰੇ ਕੰਬਦੇ ਪਏ ਸੀ, ਬੀਪੀ ਮੇਰਾ ਲੋਅ ਹੋ ਗਿਆ, ਅਤੇ ਹਾਂਜੀ ਟੈਨਸ਼ਨ ਨਾ, ਇੰਨੀ ਕੁ ਟੈਨਸ਼ਨ ਹੋ ਗਈ ਹੈ। ਭਰਾਵਾਂ ਨੇ ਹਿੰਮਤ ਦਿੱਤੀ ਹੈ, ਡਾਕਟਰ ਕਹਿੰਦੇ ਤੁਸੀਂ ਚਿੰਤਾ ਨਾ ਕਰੋ, ਵੇਖੋ ਉਹਨੂੰ ਹੋਸ਼ ਆ ਗਈ ਹੈ, ਠੀਕ ਹੈਗੀ ਹੈ, ਤੁਸੀਂ ਵੇਖ ਕੇ ਆਓ। ਫਿਰ ਮੈਂ ਹਿੰਮਤ ਕੀਤੀ, ਫਿਰ ਮੈਂ ਅੰਦਰ ਵੇਖਣ ਗਿਆ, ਅਤੇ ਮੂੰਹ 'ਚ ਵੈਂਟੀਲੇਟਰ ਲਾਇਆ ਸੀ, ਮੂੰਹ 'ਚ ਪਾਈਪਾਂ ਲਗਾਈਆਂ ਸੀ, ਇਹੋ ਕੋਈ ਬੋਲਿਆ ਨਹੀਂ ਸੀ ਜਾ ਰਿਹਾ। ਅਤੇ ਫਿਰ ਮੈਨੂੰ ਉਹਨੇ ਇੱਦਾਂ ਕਿਹਾ ਵੀ, ਮੈਨੂੰ ਕਹਿੰਦੀ ਹਿੰਮਤ ਰੱਖੋ, ਮੈਂ ਠੀਕ ਹਾਂ। ਮੈਂ ਕਿਹਾ ਤੂੰ ਠੀਕ ਆ ਨਾ, ਮੈਂ ਕਿਹਾ ਸਾਡੀ ਛੋਟੀ ਜਿਹੀ ਬੱਚੀ ਹੈ। ਉਹਨੇ ਆਪਣੇ ਹੱਥ ਨਾਲ ਵੀ ਕੀਤਾ, ਕਹਿੰਦੀ ਮੈਂ ਠੀਕ ਹਾਂ, ਇੱਦਾਂ ਕਰਕੇ ਅਤੇ ਇੱਦਾਂ ਕਿਹਾ ਵੀ ਮੈਂ ਠੀਕ ਹਾਂ, ਬੱਚੇ ਗਏ ਸਾਡੀ। ਮੈਂ ਕਿਹਾ ਹਿੰਮਤ ਰੱਖਣੀ, ਕਹਿੰਦੀ ਹਾਂਜੀ। ਮੈਂ ਕਹਿ ਕੇ ਚਲੋ ਬਾਹਰ ਆਇਆ, ਕਹਿੰਦੇ ਡਾਕਟਰ ਕਹਿੰਦੇ ਬਾਹਰ ਜਾਓ ਤੁਸੀਂ, ਮੈਂ ਬਾਹਰ ਆਇਆ। ਫਿਰ 15-20 ਮਿੰਟ ਬਾਅਦ ਫਿਰ ਡਾਕਟਰ ਨੇ ਬੁਲਾਇਆ, ਫਿਰ ਕਹਿੰਦੇ ਹੁਣ ਉਹਦੀ ਡੈਥ ਹੋ ਗਈ ਹੈ, ਬੱਚੀ ਨਹੀਂ ਹੈ, ਅਟੈਕ ਆਇਆ, ਹੁਣ ਉਹ ਬੱਚੀ ਨਹੀਂ ਹੈ। ਬਸ ਫਿਰ ਇੱਦਾਂ ਰੋਣਾ ਪਿੱਟਣਾ ਪੈ ਗਿਆ। ਮਤਲਬ ਕਿ ਇਹ ਸੀ ਲਾਈਫ, ਉਹਦੇ ਵਿੱਚ ਮੈਂ ਕਿਸੇ ਇਨਸਾਨ ਨੂੰ ਨਹੀਂ ਗਲਤ ਕਹਿ ਸਕਦਾ,
ਮਤਲਬ ਕਿ ਰੱਬ ਨੂੰ ਹੀ ਕਹਿ ਸਕਦਾ ਮੈਨੂੰ ਸ਼ੁਰੂ ਤੋਂ ਜਦੋਂ ਪੈਦਾ ਹੁੰਦੇ ਹੀ ਐਸੀ ਮਾਰ ਮਾਰੀ ਹੈ, ਜਦੋਂ ਲਾਈਫ ਸ਼ੁਰੂ ਕੀਤੀ ਵਿਆਹ ਤੋਂ ਬਾਅਦ ਫਿਰ ਰੱਬ ਨੇ ਮੈਨੂੰ ਐਸੀ ਮਾਰ ਮਾਰੀ ਹੈ। ਪੈਦਾ ਹੋਏ ਬੱਚੇ ਦਾ ਕੀ ਕਸੂਰ ਹੁੰਦਾ, ਠੀਕ ਹੈ, ਮੈਨੂੰ ਚਲੋ ਮਾਰਤੀ, ਜੋ ਕੁੜੀ ਹਜੇ ਪੈਦਾ ਹੋਈ ਉਹਦਾ ਕੀ ਕਸੂਰ ਸੀ, ਉਹਦੀ ਵੀ ਮਾਂ ਲੈ ਗਿਆ ਜੋ ਤੁਹਾਡੇ ਨਾਲ ਮੇਰੇ ਨਾਲ ਹੋਇਆ, ਬਾਕੀ ਕੀ ਕਹਿ ਸਕਦੇ ਹਾਂ। ਪਤਾ ਨਹੀਂ ਲੱਗਾ ਸੀ ਕਿ ਪ੍ਰੋਬਲਮ ਕੀ ਉਹਨਾਂ ਨੂੰ, ਨਾ ਇਹ ਕਲੀਅਰ ਨਹੀਂ ਹੋਇਆ ਕਿਸੇ ਵੀ ਰਿਪੋਰਟ 'ਚ, ਕੋਈ ਪ੍ਰੋਬਲਮ ਸ਼ੋਅ ਹੋਈ ਨਹੀਂ ਹੈ, ਕੋਈ ਪ੍ਰੋਬਲਮ ਨਹੀਂ ਸ਼ੋਅ ਹੋਈ ਹੈ। ਜਾਂ ਸਾਨੂੰ ਕੁਛ ਪਤਾ ਲੱਗਦਾ ਵੀ ਇਹ ਚੀਜ਼ ਹੈਗੀ ਅਸੀਂ ਇਲਾਜ ਕਰਾਉਂਦੇ ਉਸ ਚੀਜ਼ ਦਾ, ਪਰ ਨਾ ਦੋ ਤੁਸੀਂ ਦੱਸ ਦਿਓ ਕਿ ਮਤਲਬ ਹਫ਼ਤਾ ਬਾਅਦ 2 ਸਾਲ ਹੋਣੇ ਸੀ ਵਿਆਹ ਨੂੰ, ਹੈ ਨਾ, ਬੱਚੀ ਤੁਹਾਡੀ 7 ਮਹੀਨੇ। ਹਾਂਜੀ, ਮਤਲਬ ਜਦੋਂ ਡੈਥ ਹੋਈ ਉਸ ਤੋਂ ਬਾਅਦ ਹਫ਼ਤਾ ਬਾਅਦ ਐਨੀਵਰਸਰੀ ਸੀ ਸਾਡੀ, ਸਗੋਂ ਫਿਰ ਮੇਰੀ ਸਿਸਟਰ ਦੀ ਮੈਰਿਜ ਸੀ ਫਰਵਰੀ ਵਿੱਚ, ਬਹੁਤ ਚਾਅ ਸੀ ਉਹਨੂੰ ਮੈਰਿਜ ਦਾ, ਸਗੋਂ ਹੋਸਪਿਟਲ ਵਿੱਚ ਵੀ ਬੈਠੀ ਹੋਈ ਹੈ, ਸੋਚਦੀ ਸੀ ਵੀ ਫਰਵਰੀ ਵਿੱਚ ਮੈਰਿਜ ਹੈਗੀ ਹੈ, ਵੀ ਮੈਂ ਹੋਸਪਿਟਲ ਪਈ ਹਾਂ, ਮੈਂ ਕੀ ਕਰਾਂਗੀ, ਮੈਂ ਕੋਈ ਨੂੰ ਠੀਕ ਹੋ ਗਿਆ ਸਭ ਕੁਛ ਹੋ ਜਾਏਗਾ। ਬਾਕੀ ਚਲੋ ਫਿਰ ਅਸੀਂ ਸਿਸਟਰ ਦੀ ਮੈਰਿਜ ਹੁਣ ਅੱਗੇ ਕਰਤੀ ਹੈ ਨਵੰਬਰ ਵਿੱਚ, ਬਾਕੀ ਉਹ ਚਲੇ ਗਈ, ਹੁਣ ਉਹਦੀ ਕਮੀ ਤਾਂ ਕਦੀ ਪੂਰੀ ਹੋ ਹੀ ਨਹੀਂ ਸਕਦੀ ਹੈ, ਬਾਕੀ ਚਲੋ ਹੁਣ ਜੋ ਵੀ ਹੈ। ਅੱਛਾ, ਤੁਸੀਂ ਇਹ ਵੀ ਦੱਸਦੇ ਕਿ ਇੱਕ ਸਾਈਡ ਤੁਹਾਡੀ ਨਾਨੀ ਜੀ ਵੀ ਉਦੋਂ ਬਿਮਾਰ ਸੀਗੇ, ਹੈ ਨਾ, ਇੱਕ ਸਾਈਡ ਵੈਂਟੀਲੇਟਰ 'ਤੇ ਉਹ ਸੀ ਅਤੇ ਦੂਜੇ ਸਾਈਡ ਤੁਹਾਡੀ ਵਾਈਫ, ਅਤੇ ਸਵੇਰੇ ਉਹਨਾਂ ਦੀ ਡੈਥ ਸੰਸਕਾਰ ਕਰਦੇ ਅਤੇ ਸ਼ਾਮ ਨੂੰ ਉਹਨਾਂ ਦਾ। ਮੈਂ ਕਹਿੰਦਾ ਇੰਨਾ ਮਾੜਾ ਟਾਈਮ ਹੈ, ਚਲੋ ਉਹ ਵੀ ਮਾਂ ਸੀ ਜਿਹਨੇ ਮੈਨੂੰ ਪਾਲਿਆ ਸੀ, ਇੱਕ ਦਿਨ ਪਹਿਲਾਂ ਉਹ ਜਾਂਦੇ ਆ, ਉਹਨਾਂ ਨੂੰ ਘਰ ਲੈ ਕੇ ਜਾਂਦੇ ਆ, ਅਗਲੇ ਦਿਨ ਸਵੇਰੇ ਉਹਨਾਂ ਸੰਸਕਾਰ ਹੁੰਦਾ, ਮੈਂ ਸੰਸਕਾਰ 'ਤੇ ਜਾਂਦਾ ਵਾਂ, ਸੰਸਕਾਰ 'ਤੇ ਮੈਂ ਉਹਦੇ ਕੋਲ ਜਾਂਦਾ ਵਾਂ, ਉਸ ਤੋਂ ਬਾਅਦ ਰਾਤ ਨੂੰ ਉਹ ਹੋ ਜਾਂਦੀ ਹੈ, ਇੱਕੋ ਹੋਸਪਿਟਲ ਵਿੱਚ ਬਿਲਕੁਲ ਨਾਲ ਨਾਲ ਮੰਜੇ ਸੀ ਦੋਵਾਂ ਦੇ, ਅਤੇ ਚਲੋ ਇੱਕ ਇੱਕ ਦਿਨ ਦਾ ਫਰਕ ਪਿਆ, ਇੱਕ ਦਿਨ ਨਾਨੀ ਗਈ ਹੈ, ਅਗਲੇ ਦਿਨ ਉਹ ਚਲੇ ਗਈ ਹੈ, ਬਸ ਪਤਾ ਨਹੀਂ ਲੱਗਾ ਕੀ ਬਣ ਗਿਆ ਮੇਰੇ ਨਾਲ। ਫਿਰ ਸ਼ਿਕਵਾ ਹੁੰਦਾ ਉਦਾਂ ਪਰਮਾਤਮਾ ਨਾਲ, ਪਰਮਾਤਮਾ 'ਤੇ ਸ਼ਿਕਵਾ ਕਰ ਸਕਦੇ, ਹੋਰ ਕਿਰਨਾ ਕਰਨਾ। ਜੇ ਜੀ ਰੱਬ ਨੇ ਸਾਨੂੰ ਸੱਟ ਮਾਰੀ, ਕਿਸੇ ਨੂੰ ਨਾ ਮਾਰੀ, ਸਾਰੀ ਉਮਰ ਨਹੀਂ ਭੁੱਲਣੀ। ਜਿਵੇਂ ਤੁਹਾਡੀ ਬੇਟੀ ਆ, ਹੈ ਨਾ, ਨਨਾਣ ਨਾਲ ਵੀ ਬਹੁਤ ਪਿਆਰ ਸੀ, ਉਹ ਵੀ ਦੱਸਦੇ ਸੀ ਗੱਲਾਂ, ਹੈ ਨਾ, ਵੀ ਉਹਨਾਂ ਨੂੰ ਵੀ ਪਤਾ ਸੀ ਉਹਨਾਂ ਦੇ ਜਿਵੇਂ ਦਰਦਾਂ ਵਗੈਰਾ ਹੁੰਦੇ ਸੀ, ਉਹਨਾਂ ਨਾਲ ਕਿੰਨਾ ਕੁ ਪਿਆਰ ਸੀਗਾ। ਬਹੁਤ ਜ਼ਿਆਦਾ, ਨਨਾਣਾ ਵਾਲੀ ਕੋਈ ਹੈਗੀ ਨਹੀਂ ਸੀ ਇਹੋ ਜਿਹੀ ਗੱਲ, ਉਹ ਤਾਂ ਇਸ ਤਰ੍ਹਾਂ ਹੁੰਦੀਆਂ ਸੀ ਜਿਵੇਂ ਨਨਾਣ ਭਰਜਾਈ ਹੁੰਦੀਆਂ ਹੀ ਨਹੀਂ, ਇੱਕ ਦੂਜੀ ਨੇ ਜਿੱਥੇ ਵੀ ਜਾਣਾ ਉਹਨੇ ਕਹਿਣਾ ਭੱਜ ਜਾਣਾ, ਚਲੋ ਚੱਲੀਏ, ਕੋਈ ਇਹੋ ਜਿਹਾ ਵੇਰਕਾ ਨਹੀਂ ਹੈਗਾ ਵੀ ਜਾਂ ਮੇਰੀ ਨਨਾਣ ਆ ਜਾਂ ਮੈਂ ਨਹੀਂ ਜਾਣਾ ਜਾਂ ਨਾ। ਤੁਸੀਂ ਗੱਲਾਂ ਕਰਦੇ ਸੀ ਫਿਊਚਰ ਦੀਆਂ ਉਹਨਾਂ ਨਾਲ, ਉਹ ਕਰਦੇ ਸੀਗੇ, ਉਹਨਾਂ ਦੇ ਸੁਪਨੇ ਸੀਗੇ? ਉਹਨਾਂ ਦੇ ਤਾਂ ਬਹੁਤ ਸੁਪਨੇ ਸੀ, ਅਸੀਂ ਇਹ ਕਰਾਂਗੇ ਇਹ ਕਰਾਂਗੇ, ਇਹ ਛੋਟਾ ਘਰ ਵੇਚ ਕੇ ਮਤਲਬ ਕਿ ਕਿਤੇ ਹੋਰ ਜਗ੍ਹਾ ਲਵਾਂਗੇ, ਆਪਣੀ ਬੇਟੀ ਨੂੰ ਇਹ ਕਰਾਂਗੇ ਉਹ ਕਰਾਂਗੇ, ਸਭ ਸੁਪਨੇ ਟੁੱਟ ਗਏ, ਹੁਣ ਕੁਛ ਹੈ ਹੀ ਨਹੀਂ। ਭਰਾ ਬਣਿਆ ਫਰੈਂਡ, ਉਹਦੇ ਵਿਆਹ ਦਾ ਬਹੁਤ ਚਾਅ ਸੀ ਉਹਨੂੰ, ਉਹਦੇ ਨਾਲ ਬਹੁਤ ਕਰਦੀ ਹੁੰਦੀ ਸੀ, ਸਗੋਂ ਕਈ ਕਹਿ ਦਿੰਦੇ ਸੀ। ਮੈਂ ਦੇਖੋ ਜਦੋਂ ਮੇਰਾ ਮੈਰਿਜ ਹੋਈ ਹੈ ਨਾ, ਅਤੇ ਮੈਂ ਇੰਨਾ ਕੁ ਚਲੋ ਗਰੀਬ ਹੀ ਨਹੀਂ ਕਹਿ ਸਕਦਾ, ਮੇਰੇ ਕੋਈ ਬਾਈਕ ਨਹੀਂ ਸੀ, ਕੋਈ ਕੁਛ ਨਹੀਂ ਸੀ, ਅਤੇ ਉਹ ਸਾਨੂੰ ਜਿਹੜਾ ਬ੍ਰਦਰ ਲੈ ਕੇ ਜਾਂਦਾ ਹੁੰਦਾ ਸੀ, ਅਤੇ ਉਹਨੇ ਸਗੋਂ ਮੈਨੂੰ ਹੁਣ ਆ ਕੇ ਕਰਵਾ ਚੌਥ ਦੇ ਵਰਤ ਤੋਂ ਪਹਿਲਾਂ ਮੈਨੂੰ ਕੀਤਾ ਵੀ ਚਲੋ ਕੋਈ ਨਹੀਂ ਅਸੀਂ ਐਕਟੀਵਾ ਲੈਂਦੇ ਹਾਂ। ਹਾਂਜੀ, ਫਿਰ ਮੈਂ ਉਹਦੇ ਕਹਿਣ 'ਤੇ ਐਕਟੀਵਾ ਲਈ ਹੈ, ਉਹਨੇ ਵਿੱਚ ਸਪੋਰਟ ਕੀਤਾ, ਮੇਰੇ ਸਹੁਰਾ ਪਰਿਵਾਰ ਨੇ ਚਲੋ ਥੋੜ੍ਹਾ ਬਹੁਤਾ, ਮੰਮੀ ਨਾਲ ਸਾਰਿਆਂ ਨੇ ਸਪੋਰਟ ਕੀਤਾ, ਐਕਟੀਵਾ ਲਈ ਹੈ, ਬਹੁਤ ਖੁਸ਼ ਸੀਗੀ ਕਿ ਮੈਂ ਐਕਟੀਵਾ 'ਤੇ ਹੁਣ ਜਾਇਆ ਕਰਾਂਗੀ, ਬਈ ਆਪਣੀ ਸਾਡੀ ਕੋਈ ਚੀਜ਼ ਹੋ ਗਈ ਹੈ। ਚਲੋ ਬ੍ਰਦਰ ਦੀ ਤਾਂ ਹੈਗੀ ਹੈ ਕੁਛ, ਮੈਂ ਵੀ ਚਲਾਉਂਦਾ ਨਹੀਂ ਸੀ ਬਾਈਕ ਉਹਨੇ, ਅਤੇ ਮੈਂ ਕਿਹਾ ਮੈਂ ਐਕਟੀਵਾ ਹੀ ਚਲਾਵਾਂਗਾ, ਅਤੇ ਉਸ ਤੋਂ ਬਾਅਦ ਐਕਟੀਵਾ ਲਈ ਹੈ। ਬਾਕੀ ਐਕਟੀਵਾ ਐਸੀ ਲਈ ਹੈ ਨਾ, ਐਕਟੀਵਾ 'ਤੇ ਮਤਲਬ ਬਿਠਾ ਕੇ ਉਹਨੂੰ ਮੈਂ ਘੁਮਾਇਆ, ਕਿੱਥੇ ਨਹੀਂ ਹੈ, ਹੋਸਪਿਟਲਾਂ ਵਿੱਚ ਧੱਕੇ ਖਵਾਏ ਕਦੀ। ਹਾਂਜੀ, ਜਦੋਂ ਜੀ ਮੈਂ ਐਕਟੀਵਾ ਲਈ ਹੈ, ਕਦੀ ਉਹ ਹੋਸਪਿਟਲ 'ਚ ਲੈ ਕੇ ਜਾ,
ਉੱਥੇ ਚੈੱਕ ਕਰਾਉਣ ਜਾ, ਉੱਥੇ ਚੈੱਕ ਕਰਾਉਣ ਜਾ, ਬਸ ਇਹ ਚੀਜ਼ ਹੋਈ ਹੈ। ਅਕਸਰ ਕਹਿੰਦੇ ਵੀ ਜਦੋਂ ਹੁਣ ਕਿਉਂਕਿ ਬੱਚਾ ਵੀ ਤੁਹਾਡਾ ਛੋਟਾ ਹੈ ਨਾ, ਸਲਾਹ ਦਿੰਦੇ ਵੀ ਦੂਜਾ ਵਿਆਹ ਕਰਾ ਲਓ, ਤੁਸੀਂ ਸੋਚਦੇ ਹੋ ਉਸ ਬਾਰੇ? ਹਜੇ ਮਨ ਕੁਛ ਨਹੀਂ ਆਵਾਜ਼ ਦਿੰਦਾ, ਹਰ ਕੋਈ ਕਹਿੰਦਾ ਤੂੰ ਅੱਗੇ ਬਾਰੇ ਸੋਚ, ਗੁੜੀਆ ਛੋਟੀ ਹੈ, ਪਰ ਉਹ ਉਹਦੀਆਂ ਗੱਲਾਂ ਨਹੀਂ ਭੁੱਲਦੀਆਂ, ਉਹ ਨਹੀਂ ਭੁੱਲਦੀਆਂ ਮੈਂ ਅੱਗੇ ਬਾਰੇ ਕਿੱਦਾਂ ਸੋਚ ਲਾਂ। ਜੇ ਅੱਗੇ ਵੀ ਕੋਈ ਆ ਜਾਵੇ ਮੈਂ ਉਹਨੂੰ ਨਾ ਭੁੱਲ ਪਾਵਾਂ, ਮੈਂ ਉਹਦੀ ਲਾਈਫ ਥੋੜ੍ਹਾ ਨਾ ਖਰਾਬ ਕਰਾਂਗਾ, ਪਹਿਲਾਂ ਮੈਂ ਆਪਣੇ ਆਪ ਨੂੰ ਥੋੜ੍ਹਾ ਅੰਦਰੋਂ ਮਜ਼ਬੂਤ ਕਰਾਂ, ਅਤੇ ਫਿਰ ਹੀ ਇਹ ਚੀਜ਼ ਵੱਲ ਸੋਚਾਂਗਾ, ਬਾਕੀ ਹਜੇ ਮੈਂ ਇਸ ਬਾਰੇ ਕੁਛ ਨਹੀਂ ਸੋਚਿਆ। ਜਦੋਂ ਵਿਆਹ ਹੋ ਜਾਂਦਾ ਤੁਹਾਡਾ, ਉਦੋਂ ਐਂ ਲੱਗਦਾ ਸੀਗਾ ਵੀ ਹੁਣ ਸ਼ੁਰੂ ਤੋਂ ਹੈ ਨਾ ਮਾਂ ਦਾ ਪਿਆਰ ਨਹੀਂ ਮਿਲਿਆ, ਚਲੋ ਮਾਂ ਵੀ ਮਿਲ ਗਈ ਸੀ, ਪਿਓ ਵੀ ਮਿਲ ਗਿਆ ਸੀਗਾ, ਹੈ ਨਾ, ਮੈਰਿਜ ਫਿਰ ਵਾਈਫ ਹੋ ਗਈ, ਪਰਿਵਾਰ ਕੰਪਲੀਟ ਹੋ ਗਿਆ, ਹੈ ਨਾ, ਮਤਲਬ ਉਦੋਂ ਹੁੰਦਾ ਸੀਗਾ ਵੀ ਹੁਣ ਦੁੱਖ ਖਤਮ ਹੋ ਗਏ, ਉਦੋਂ ਸੋਚਦੇ ਸੀ ਐਵੇਂ? ਆਹੀ ਤਾਂ ਇਹੀ ਸੋਚਿਆ ਸੀ, ਇੱਕ ਜਿਹੜਾ ਮੇਰਾ ਦੂਜਾ ਬ੍ਰਦਰ ਹੈਗਾ ਰਾਮ, ਅਸੀਂ ਮੇਰਾ ਮੈਰਿਜ ਹੋਈ ਹੈ, ਉਸ ਤੋਂ ਬਾਅਦ ਉਹਨਾਂ ਨੇ ਵੀ ਸੋਚਿਆ ਬਈ ਤੇਰੀ ਵੀ ਚਲੋ ਦਿਨ ਵਧੀਆ ਹੋ ਗਿਆ, ਅਸੀਂ ਘੁੰਮਣ ਚੱਲਦੇ ਹਾਂ, ਅਸੀਂ ਟੂਰ 'ਤੇ ਗਏ ਹਾਂ, ਮਕਲੋਰਗੰਜ ਗਏ ਹਾਂ ਅਤੇ ਘੁੰਮ ਕੇ ਆਏ ਹਾਂ, ਉਸ ਤੋਂ ਬਾਅਦ ਬਿਮਾਰ ਹੋ ਗਏ, ਮਤਲਬ ਹਾਂਜੀ ਘੁੰਮ ਕੇ ਆਏ ਹਾਂ, ਉਸ ਤੋਂ ਬਾਅਦ ਬਿਮਾਰ ਹੋ ਗਏ, ਫਿਰ ਦਿਨ ਮਾੜੇ ਚੱਲਦੇ ਰਹੇ ਆ, ਚੰਗੇ ਆਉਂਦੇ ਸੀ ਮਾੜੇ ਆਉਂਦੇ ਸੀ, ਚੰਗੇ ਆਉਂਦੇ ਸੀ ਮਾੜੇ ਆਉਂਦੇ ਸੀ, ਇਹ ਚੀਜ਼ ਹੁੰਦੀ ਰਹੀ। ਕੋਈ ਖੁਆਇਸ਼ ਹੈ? ਬਸ ਹੁਣ ਕੋਈ ਖੁਆਇਸ਼ ਕੋਈ ਕੁਛ ਨਹੀਂ ਹੈ, ਹੁਣ ਤਾਂ ਦਿਨ ਕੱਟ ਰਹੇ ਹਾਂ, ਬਸ ਬੇਟੀ ਦੇ ਸਹਾਰੇ ਜੀਣਾ ਪੈਂਦਾ, ਨਹੀਂ ਤਾਂ ਉੱਦਾਂ ਤਾਂ ਹੁਣ ਸ਼ੁਰੂ ਤੋਂ ਲੈ ਕੇ ਜੋ ਹੁਣ ਤੱਕ ਦੇਖਿਆ ਮਨ ਹੀ ਨਹੀਂ ਕਰਦਾ ਜੀਣ ਦਾ। 7 ਮਹੀਨੇ ਦੀ ਸੀਗੀ ਜਦੋਂ ਹੈ ਨਾ ਉਹਨਾਂ ਦੀ ਡੈਥ ਹੁੰਦੀ, ਕਿੰਨਾ ਕੁ ਪਿਆਰ ਕਰਦੇ ਸੀ ਧੀ ਨੂੰ? ਧੀਆਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਮਾਂ ਆਪਣੀ ਧੀ ਨੂੰ ਕਿੰਨਾ ਪਿਆਰ ਕਰਦੀ ਹੈ, ਹਜੇ ਵੀ ਅਸੀਂ ਉਹਨੂੰ ਇੱਕ ਵਾਰੀ ਦੱਸਿਆ ਬਈ ਤੇਰੀ ਮੰਮਾ ਉਹ ਹੈ, ਅਸੀਂ ਪੁੱਛਾਂਗੇ ਨਾ ਮੰਮਾ ਕਿੱਥੇ ਆ, ਉੱਧਰ ਅੰਗਲ ਕਰ ਦਿੰਦੀ ਵੀ ਮੇਰੀ ਮੰਮਾ ਉਹ ਹੈ, ਪਛਾਣਦੀ ਹੈ। ਮੈਂ ਕਹਿੰਦਾ ਬਹੁਤ ਵਧੀਆ ਸੀ, ਕਿਸੇ ਨਾਲ ਹੋਈ ਨਹੀਂ ਸੀ, ਮਤਲਬ ਕਿ ਅੱਜ ਤੱਕ ਵੀ ਜਿੱਦਾਂ ਅੱਜ ਕੱਲ੍ਹ ਦੀ ਕੁੜੀਆਂ ਹੁੰਦੀਆਂ ਨਾ, ਮਤਲਬ ਕਿ ਮੈਂ ਵੀ ਕੋਈ ਗੱਲ ਤੋਂ ਡਾਂਟਣਾ ਕੋਈ ਦਬਕਾ ਮਾਰਨਾ ਮੇਰੇ ਅੱਗੇ ਕਦੀ ਜਵਾਬ ਨਹੀਂ ਦੇਣਾ ਉਹਨੇ, ਅੱਗੋਂ ਕਦੀ ਨਹੀਂ ਬੋਲਦੀ ਹੁੰਦੀ ਸੀ, ਥੋੜ੍ਹਾ ਜਿਹਾ ਨਾਰਾਜ਼ ਹੋ ਕੇ ਸਾਈਡ 'ਤੇ ਬਹਿ ਜਾਂਦੀ ਹੁੰਦੀ, ਪਰ ਅੱਗੋਂ ਬੋਲਣਾ ਨਹੀਂ ਹੈ। ਮੈਂ ਤਾਂ ਉਹ ਕਹਿੰਦਾ ਹੁੰਦਾ ਸੀ, ਮੈਂ ਜਦੋਂ ਆਈ ਸੀ ਨਾ ਉਹਦੇ ਸਮਝਾਇਆ ਸੀ, ਮੈਂ ਕਿਹਾ ਪ੍ਰੀਤੀ ਇਸ ਹਿਸਾਬ ਨਾਲ ਰਹਿਣਾ, ਕਿਉਂਕਿ ਦੇਖੋ ਜਦੋਂ ਕੁੜੀ ਆਉਂਦੀ ਹੈ ਅਤੇ ਹਰ ਕੋਈ ਜੇ ਬੁਰਾ ਵੀ ਐਪ ਕਰੇਗੀ ਲੋਕ ਕਹਿਣਗੇ ਵੀ ਇਹਦੇ ਮਾਂ ਪਿਓ ਨੇ ਗੱਲ ਨਹੀਂ ਸਿਖਾਈ ਹੋਣੀ, ਮੈਂ ਕਹੂੰਗਾ ਮੈਨੂੰ ਬੰਦ ਬਾਅਦ 'ਚੋਂ ਕਹਿਣਾ, ਸਭ ਤੋਂ ਪਹਿਲਾਂ ਤੇਰੇ ਮਾਂ ਪਿਓ 'ਤੇ ਗੱਲ ਆਉਣੀ ਹੈ, ਇਹ ਮਾਂ ਪਿਓ ਦੀ ਇੱਜ਼ਤ ਹੁੰਦੀ ਹੈ, ਮੈਂ ਇਹੀ ਗੱਲ ਸਮਝਾਈ ਸੀ ਉਹਨੂੰ ਸ਼ੁਰੂ ਤੋਂ ਹੀ, ਪਰ ਉਹ ਇੱਦਾਂ ਹੀ ਚੱਲਦੀ ਰਹੀ ਹੈ, ਮਤਲਬ ਕਿ ਕਦੀ ਉਹਨੇ ਵੱਧ ਘਾਟ ਕੀਤੀ ਨਹੀਂ ਸੀ ਕਿਸੇ ਨਾਲ ਵੀ। ਅੱਗੋਂ ਉਹਦੇ ਮਾਂ ਪਿਓ ਮੇਰਾ ਸਹੁਰਾ ਪਰਿਵਾਰ ਇਹਨੂੰ ਕਹਿ ਦਿੰਦੇ ਆ, ਮਤਲਬ ਕਿ ਵੀ ਮਾਂ ਪਿਓ ਹੀ ਹੈ, ਇੰਨਾ ਚੰਗਾ ਸਹੁਰਾ ਪਰਿਵਾਰ ਹੈ ਮੇਰਾ, ਹਜੇ ਵੀ ਆਉਂਦੇ ਆ, ਮਤਲਬ ਕਿ ਆਪਣੀ ਦੋਤਰੀ ਨੂੰ ਮਿਲਣ ਆਉਂਦੇ ਆ, ਪਰ ਉਹਨਾਂ ਦੇ ਹਜੇ ਕਦੀ ਐਂ ਨਹੀਂ ਸੋਚਿਆ ਵੀ ਸਾਡੀ ਧੀ ਚਲੇ ਗਈ, ਹੁਣ ਸਾਡਾ ਕੁਛ ਨਹੀਂ ਹੈ ਉੱਥੇ। ਤੁਸੀਂ ਵੀ ਆਪਣੇ ਸੱਸ ਸਹੁਰਾ ਨਾਲ ਵਰਤਦੇ ਹੋ? ਹਾਂਜੀ ਬਹੁਤ, ਮਾਂ ਪਿਓ ਹੀ ਹੈਗੇ ਆ ਅਤੇ ਮਾਂ ਪਿਓ ਵਾਂਗੂ ਵੀ ਵਰਤਦਾ ਵਾਂ, ਉਹ ਵੀ ਬਹੁਤ ਸਪੋਰਟ ਵੀ ਕਰਦੇ ਆ, ਆਉਂਦੇ ਵੀ ਹੈ, ਮਤਲਬ ਕਿ ਕੋਈ ਇਹੋ ਜਿਹੀ ਗੱਲ ਨਹੀਂ ਹੈ, ਉਹ ਵੀ ਹਜੇ ਇਹੀ ਨਹੀਂ ਸਮਝਦੇ ਕੋਈ, ਕਹਿੰਦੇ ਆ ਛੋਟੀ ਧੀ ਦੇ ਹੈ ਨਾ, ਬਹੁਤ ਚੰਗੇ ਹੈਗੇ ਆ ਫੈਮਲੀ, ਮਤਲਬ ਕਿ ਉਹਦਾ ਭਰਾ, ਉਹਦੀ ਮੰਮੀ, ਉਹਦੇ ਡੈਡੀ, ਉਹਦੀ ਸਿਸਟਰ, ਬਹੁਤ ਚੰਗੇ ਹੈਗੇ ਆ। ਜਿੱਦਾਂ ਸੱਸ ਨੂੰਹ 'ਚ ਕਈ ਵਾਰੀ ਖੜਕ ਜਾਂਦੀ ਹੈ, ਉਹਨਾਂ ਇਹਨਾਂ ਦੀ ਤਾਂ ਨਹੀਂ ਕਦੀ? ਕਦੀ ਵੀ ਨਹੀਂ ਅੱਜ ਤੱਕ, ਹੁੰਦੀ ਸੀ ਥੋੜ੍ਹਾ, ਮੈਂ ਕਹਿੰਦਾ ਤਾਂ ਮੈਂ ਥੋੜ੍ਹੀ ਉਨੀ ਕਿ ਹੋਣੀ ਨਾ, ਥੋੜ੍ਹਾ ਜਿਹਾ ਨਾਰਾਜ਼ ਹੋ ਕੇ ਸਾਈਡ 'ਤੇ ਬਹਿ ਜਾਣਾ, ਪਰ ਮੰਮੀ ਨੂੰ ਕਦੀ ਨਹੀਂ ਮਾੜਾ ਕਹਿਣਾ ਨਾ, ਮੈਂ ਕਹਿਣਾ ਕਿ ਹੋਇਆ ਮੂੰਹ ਫਲਾ ਕੇ ਬੈਠੀ ਹਾਂ, ਮਤਲਬ ਕਿ ਤੂੰ ਗੁੱਸੇ ਗਈ ਆ ਕੋਈ ਗੱਲ ਤੋਂ, ਕੁਛ ਨਹੀਂ ਹੋਇਆ, ਬਸ ਮੈਂ ਕਿਸੇ ਨੂੰ ਕੁਛ ਕਿਹਾ ਥੋੜ੍ਹਾ ਨਾ ਵਾਂ, ਬਸ ਮੈਂ ਤਾਂ ਵੈਸੇ ਹੀ ਇੱਦਾਂ ਹੀ, ਚਲੋ ਹੋ ਜਾਂਦੀ ਹੈ, ਬਾਕੀ ਕਦੀ ਇਹਨੇ ਕਿਸੇ ਨੂੰ ਫਾਲਤੂ ਕਿਹਾ ਨਹੀਂ ਸੀ, ਇੱਥੋਂ ਪਤਾ ਲੱਗਦਾ ਸੀ ਮੇਰੇ ਸਹੁਰਾ ਪਰਿਵਾਰ ਨੇ ਉਹਦੇ ਮਾਂ ਪਿਓ ਨੇ ਕਿੰਨੀ ਵਧੀਆ ਸ਼ਿਕਸ਼ਾ ਦਿੱਤੀ ਸੀ ਆਪਣੇ ਬੱਚਿਆਂ ਨੂੰ, ਕਿਉਂਕਿ ਜਿਹੜੀ ਕਿ ਅੱਜ ਕੱਲ੍ਹ ਦੀ ਕੁੜੀਆਂ ਵਾਂਗੂ ਕੁੜੀ ਨਹੀਂ ਸੀ, ਉਹ ਇੱਕਦਮ ਘਰੇਲੂ ਸੀ। ਦੇਖੋ ਕਿਤੇ ਕੋਈ ਰਿਸ਼ਤੇ ਵਿੱਚ ਕੁੜੀ ਗਲਤ ਹੋ ਜਾਂਦੀ ਹੈ, ਕੋਈ ਰਿਸ਼ਤੇ ਵਿੱਚ ਮੁੰਡਾ ਗਲਤ ਹੋ ਜਾਂਦਾ, ਠੀਕ ਹੈ, ਅਸੀਂ ਦੋਵੇਂ ਇੰਨੇ ਸਹੀ ਚੱਲਦੇ ਪਏ ਸੀ, ਆਪਣਾ ਜੀਵਨ ਬਿਤਾਉਂਦੇ ਪਏ ਸੀ, ਇਹਦਾ ਰੱਬ ਗਲਤ ਹੋ ਗਿਆ, ਨਾ ਕੁੜੀ ਗਲਤ ਹੋਈ, ਨਾ ਮੁੰਡਾ ਗਲਤ ਹੋਇਆ, ਨਾ ਕੋਈ ਪਰਿਵਾਰ ਗਲਤ ਹੋਇਆ, ਅਤੇ ਰੱਬ ਗਲਤ ਹੋ ਗਿਆ, ਬਲਕਿ ਕਿਸਮਤ ਮਾੜੀ ਕਹਿ ਸਕਦੇ ਹਾਂ, ਮੇਰੀ ਤਾਂ ਹੈਗੀ ਹੈਗੀ ਸੀ, ਮੇਰੀ ਧੀ ਦੀ ਵੀ ਕਿਸਮਤ ਮਾੜੀ ਹੋ ਗਈ, ਉਹਦੀ ਮਾਂ ਚਲੀ ਗਈ,
ਮੈਨੂੰ ਤਾਂ ਕੁੜੀਆਂ ਬਥੇਰੀਆਂ ਮਿਲ ਜਾਣਗੀਆਂ ਮੈਂ ਵਿਆਹ ਕਰਾਵਾਂਗਾ, ਪਰ ਉਹਨੂੰ ਮਾਂ ਨਹੀਂ ਮਿਲੇਗੀ। ਮਾਂ ਦੀ ਕਮੀ ਕੋਈ ਪੂਰੀ ਕਰ ਹੀ ਨਹੀਂ ਸਕੇਗਾ। ਸਾਰੇ ਕਹਿੰਦੇ ਆ ਉੱਥੇ ਵੇਖ ਲਾ ਉੱਥੇ ਵੇਖ ਲਾ, ਪਰ ਮੈਂ ਉਹਦੇ ਬਾਰੇ 'ਚ ਸੋਚਣਾ। ਮੈਨੂੰ ਪਤਾ ਆਪਣਾ ਮਾਂ ਪਿਓ ਤੋਂ ਬਿਨਾਂ ਬਚਪਨ ਕਿੱਦਾਂ ਕੱਢਿਆ ਮੈਂ, ਕਿਉਂਕਿ ਮੈਂ ਉਹਦੀ ਫੀਲਿੰਗ ਨੂੰ ਸਮਝ ਸਕਦਾ ਕਿ ਉਹ ਵੱਡੀ ਹੋ ਕੇ ਕੀ ਸੋਚੇਗੀ। ਕਹਿੰਦੇ ਤੁਹਾਡੇ ਨਾਲ ਕਦੀ ਤੁਹਾਨੂੰ ਉਹਨਾਂ ਨੇ ਜਵਾਬ ਨਹੀਂ ਦਿੱਤਾ ਸੀ ਪਲਟ ਕੇ? ਨਾ, ਮੇਰੇ ਨਾਲ ਕਦੀ ਵਾਧੀ ਘਾਟੀ ਉਹਨੇ ਕੀਤੀ ਨਹੀਂ ਸੀ। ਮੈਂ ਸਗੋਂ ਕਿਸੇ ਵੇਲੇ ਕਹਿਣਾ ਨਾ ਪ੍ਰੀਤੀ ਇੱਦਾਂ ਨਹੀਂ, ਇੱਦਾਂ ਪੁੱਤ ਘਰ, ਕਹਿੰਦਾ ਠੀਕ ਹੈ ਮੰਮੀ। ਕਦੀ ਸੀ ਮੈਨੂੰ ਕਦੇ ਮਾੜੀ ਚੰਗੀ ਕੀਤੀ, ਕਦੀ ਜਵਾਬ ਨਹੀਂ ਦਿੱਤਾ। ਅਤੇ ਡੈਡੀ ਆਪਣੇ ਨਾਲ ਸਹੁਰੇ ਨਾਲ ਤਾਂ ਇਸ ਤਰ੍ਹਾਂ ਕਰਦੀ ਹੁੰਦੀ ਸੀ, ਜਿਵੇਂ ਉਹਦਾ ਨਾ ਸਹੁਰਾ ਨੀਗਾ ਵੀ, ਜਿਸ ਤਰ੍ਹਾਂ ਉਹਦਾ ਡੈਡੀ ਹੈ, ਜਿਸ ਤਰ੍ਹਾਂ ਕੋਈ ਵੀ ਗੱਲ ਹੋਣੀ, ਡੈਡੀ ਫਲਾਣੀ ਚੀਜ਼ ਮੈਨੂੰ ਲਿਆ ਦੇ, ਠੀਕ ਹੈ ਪ੍ਰੀਤੀ ਮੈਂ ਲਿਆ ਦਿੰਦਾ। ਕਦੀ ਨਹੀਂ ਸੀ ਕਿਹਾ ਵੀ ਮੈਂ ਨਹੀਂ ਤੈਨੂੰ ਲਿਆ ਕੇ ਦੇਣੀ, ਡੈਡੀ ਮੈਨੂੰ ਫਲਾਣੀ ਚੀਜ਼ ਚਾਹੀਦੀ ਹੈ, ਅਤੇ ਕਹਿੰਦਾ ਰੁੱਕ ਜਾ ਮੈਂ ਲਿਆਉਣਾ ਹੈ, ਕਹਿੰਦਾ ਠੀਕ ਹੈ ਡੈਡੀ ਮੈਨੂੰ ਲਿਆ ਕੇ ਦਿਉ, ਜੇ ਕੋਈ ਚੀਜ਼ ਵਾਲਾ ਆਉਣਾ ਹੈ ਅਤੇ ਉੱਧਰੋਂ ਭਾਈ ਨੂੰ ਖਿਲਾਰ ਲੈਣਾ ਹੈ, ਅਤੇ ਕਹਿੰਦਾ ਮੰਮੀ ਨੂੰ ਆਵਾਜ਼ ਦਿਓ ਮੇਰੀ ਨੂੰ, ਉੱਧਰੋਂ ਮੇਰੀ ਮੰਮੀ ਆਏਗੀ ਅਤੇ ਮੈਂ ਫਿਰ ਸਮਾਨ ਲੈਣਾ ਹੈ। ਅੱਛਾ, ਤੁਹਾਡੇ ਬਿਨਾਂ ਨਹੀਂ ਦਿੰਦੇ ਸੀ ਸਮਾਨ ਕੋਈ? ਨਾ, ਕੋਈ ਨਹੀਂ ਸੀ ਲੈਂਦੇ। ਅੱਛਾ, ਤੁਸੀਂ ਦਾਦੀ ਜਿਵੇਂ ਬਿਮਾਰ ਠਮਾਰ ਹੁੰਦੇ ਸੀ ਪੂਰੀ ਕੇਅਰ ਕਰਦੇ ਸੀ? ਹਾਂਜੀ, ਪੂਰੀ ਕੇਅਰ ਕਰਦੀ ਸੀ, ਜਿਸ ਤਰ੍ਹਾਂ ਮੈਂ ਠੀਕ ਨਹੀਂ ਹੋਣਾ ਅਤੇ ਉੱਧਰ ਕਹਿ ਆਉਣਾ, ਜੋ ਗੁੜੀਆ ਵੀ ਸਲੂਨ 'ਤੇ ਜਾਂਦੀ ਸੀ, ਕਹਿਣਾ ਮੰਮੀ ਤੁਸੀਂ ਉੱਠ ਕੇ ਨਾ ਰੋਟੀ ਨਹੀਂ ਬਣਾਉਣੀ, ਮੈਂ ਆਪੇ ਬਣਾਵਾਂਗੀ, ਤੁਸੀਂ ਚਿੰਤਾ ਨਹੀਂ ਕਰਨੀ, ਵੀ ਮੈਂ ਆਪੇ ਕਰ ਲਵਾਂਗੀ, ਜੇ ਤੁਹਾਡੇ ਕੋਲ ਹੁੰਦਾ ਤਾਂ ਠੀਕ ਹੈ, ਨਹੀਂ ਹੁੰਦਾ ਤਾਂ ਤੁਸੀਂ ਕੁਛ ਨਹੀਂ ਕਰਨਾ, ਬਸ ਤੁਸੀਂ ਰੈਸਟ ਕਰੋ। ਕਦੀ ਨਹੀਂ ਸੀ ਉਹਨੇ ਕਿਹਾ ਵੀ ਮੰਮੀ ਤੂੰ ਹੀ ਇਸ ਤਰ੍ਹਾਂ ਨਹੀਂ, ਮੈਂ ਕਿਉਂ ਕਰਾਂ, ਵੀ ਮੈਂ ਆਪ ਨਹੀਂ ਠੀਕ ਰਹਿੰਦੀ। ਜਿਸ ਤਰ੍ਹਾਂ ਵੀ ਹੀ ਉਹਨੇ ਕਰਦੀ ਰਹਿਣਾ ਕੰਮ, ਭਾਵੇਂ ਥੋੜ੍ਹਾ ਕਰਨਾ ਬਹੁਤਾ ਕਰਨਾ, ਉਹਨੇ ਹੌਲੀ ਹੌਲੀ ਕਰਦੀ ਰਹਿਣਾ। ਲੱਗਦਾ ਵੀ ਉੱਦਾਂ ਦੀ ਨੋਂ ਨਹੀਂ ਮਿਲਣੀ? ਨਹੀਂ ਮਿਲਣੀ, ਭਾਵੇਂ ਜਿੰਨੀਆਂ ਮਰਜ਼ੀ ਵਿਆਹ ਕੇ ਲੈ ਆਈਏ, ਪਰ ਨਹੀਂ, ਮੈਂ ਤਾਂ ਕਹਿ ਦਿੰਦੀ ਸੀ ਮੈਂ ਜੋ ਕਰੇਗੀ ਵੱਡੀ ਕਰੇਗੀ, ਜੋ ਕਰੇਗੀ ਪ੍ਰੀਤੀ ਕਰੇਗੀ, ਮੈਂ ਨਹੀਂ ਕੁਛ ਵੀ ਕਰਨਾ। ਜ਼ਿੰਮੇਵਾਰੀਆਂ ਦੇ ਦਿੱਤੀਆਂ ਸੀ ਸਾਰੀਆਂ, ਹੁਣ ਵੀ ਕਹਿਣਾ ਮੰਮੀ ਜੋਤੀ ਦਾ ਵਿਆਹ ਕਰਨਾ ਨਾ, ਅਤੇ ਵੇਖਿਓ ਮੈਂ ਆਪੇ ਕੰਮ ਕਰ ਲੈਣਾ, ਤੁਸੀਂ ਕਾਕਾ ਚੁੱਕ ਕੇ ਬਹਿ ਜਿਓ, ਮੈਂ ਆਪੇ ਸਾਰਾ ਨਿਬੇੜ ਲੈਣਾ, ਮੈਂ ਵੇਖਿਓ ਮੈਂ ਜੋਤੀ ਦੇ ਵਿਆਹ 'ਤੇ ਕੀ ਵੇਖਿਓ, ਮੈਂ ਹਰ ਇੱਕ ਚੀਜ਼ ਪੂਰੀ ਕਰਨੀ ਹੈ, ਮੈਂ ਆਪਣੇ ਸ਼ੌਂਕ ਵੀ ਪੂਰੇ ਕਰਨੇ ਆ, ਜਿਸ ਤਰ੍ਹਾਂ ਦੇ ਕੱਪੜੇ ਲੈਣੇ ਉਸ ਤਰ੍ਹਾਂ ਦੇ ਮੈਂ ਵੀ ਪਾਉਣੇ ਆ, ਅਸੀਂ ਨਨਾਣ ਭਰਜਾਈ ਨੇ ਪਾਉਣੇ, ਮੇਰੀ ਕੁੜੀ ਨੇ ਲੈਣੇ, ਮੰਮੀ ਮੈਨੂੰ ਇੰਨੇ ਪੈਸੇ ਦੇ ਦਿਓ, ਮੈਂ ਆਪਣੀਆਂ ਚੀਜ਼ ਆ ਸਮਾਨ ਲਿਆਉਣਾ ਹੈ। ਮੈਂ ਕਹਿਣਾ ਠੀਕ ਹੈ ਮੰਮੀ, ਉਸ ਤਰ੍ਹਾਂ ਦੀਆਂ ਜੁੱਤੀ ਵੀ ਲੈਣੀ ਹੈ, ਮੈਂ ਆਹ ਵੀ ਲੈਣਾ ਹੈ, ਤੁਸੀਂ ਇਹ ਨਾ ਮੈਨੂੰ ਆਹ ਦੇ ਦਿਓ, ਮੈਂ ਆਪਣੀ ਕੁੜੀ ਵਾਸਤੇ ਵੀ ਲੈਣਾ। ਮੈਂ ਕਹਿੰਦਾ ਠੀਕ ਹੈ, ਤੂੰ ਠੀਕ ਹੋ ਸਹੀ, ਤੂੰ ਜੋ ਵੀ ਮੰਗੇਗੀ ਮੈਂ ਲੈਣ ਨੂੰ ਤਿਆਰ ਹੈ, ਮੈਂ ਜੇ ਜਿੰਨੇ ਮੈਂ ਉਹਨੂੰ ਦੇਵਾਂਗੀ ਹੈ ਨਾ, ਉਹਨਾਂ ਹੱਕ ਮੈਂ ਤੇਰਾ ਹੈ। ਠੀਕ ਹੈ ਮੰਮੀ, ਜੇ ਹਸਪਤਾਲ ਹੋਣਾ ਤੁਹਾਡੀ ਮੰਮੀ ਵੀ ਹੋਣਾ ਅਤੇ ਮੈਂ ਜਾਣਾ, ਤੁਹਾਡੀ ਸਗੋਂ ਮੰਮੀ ਨੇ ਹੱਸਣਾ, ਕਹਿੰਦਾ ਤੇਰੀ ਸੱਸ ਆ ਗਈ ਹੈ, ਕਹਿੰਦਾ ਨਹੀਂ ਮੇਰੀ ਸੱਸ ਨਹੀਂ ਮੇਰੀ ਮੰਮੀ ਹੈ, ਅਤੇ ਆਪਣੀ ਮਾਂ ਨੂੰ ਨਹੀਂ ਸੀ ਬਹਿਣ ਦੇਣਾ, ਅਤੇ ਮੈਨੂੰ ਕਹਿੰਦਾ ਮੰਮੀ ਠੰਡਿਆ ਬਹਿ ਜਾ ਮੇਰੇ ਬਿਸਤਰੇ 'ਚ ਆਣ ਕੇ, ਵੀ ਤੁਸੀਂ ਆਏ ਜੇ ਕੰਮ ਕਰਕੇ ਤੁਸੀਂ ਮੇਰੇ ਲਾਗੇ ਬਿਸਤਰੇ, ਤੁਹਾਡੀ ਮੰਮੀ ਨੇ ਸਗੋਂ ਹੱਸਣਾ, ਕਹਿਣਾ ਲੈ ਵੇਖ ਲਾ, ਮਾਂ ਨੂੰ ਨਹੀਂ ਕਿਹਾ ਤਾਂ ਸੱਸ ਨੂੰ, ਕਹਿੰਦੀ ਲਾਗੇ ਬਹਿ ਜਾ ਆਣ ਕੇ ਮੇਰੇ, ਅਤੇ ਕਹਿਣਾ ਮੇਰੀ ਸਾਸੀਆਂ ਬਹਿਣਾ ਨਹੀਂ ਆਣੇ। ਲੱਗਦਾ ਉੱਦਾਂ ਦੀ ਰੂਹ ਨਹੀਂ ਮਿਲਣੀ? ਕਦੀ ਵੀ ਨਹੀਂ ਮਿਲਣੀ ਹੈ, ਕਿ ਜਿੱਥੋਂ ਮਰਜ਼ੀ ਲੱਭ ਲਈਏ ਕਦੀ ਵੀ ਨਹੀਂ ਮਿਲਣੀ ਹੈ, ਬਾਕੀ ਕੀ ਕਹਿ ਸਕਦੇ ਹਾਂ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕੀਤੀ। ਸੋ ਜੀ, ਜੇਕਰ ਤੁਹਾਡੀ ਵੀ ਜ਼ਿੰਦਗੀ ਦੀ ਕੋਈ ਕਹਾਣੀ ਹੈ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਸਾਡੇ ਨਾਲ, ਕੰਟੈਕਟ ਕਰ ਸਕਦੇ ਹੋ, ਦੇਖਦੇ ਰਹੋ ਸਾਡੇ ਚੈਨਲ, ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।